ਹੋ ਜਾਊਗਾ ਡਾਕਟਰਾ ਮੈਂ ਪਹੁੰਚਾਂ ਐਮੇ ਕਿੱਥੇ ਆ ਮੈਨੂੰ ਪਤਾ देखो पंजाब टेक्निकल यूनिवर्सिटी के विच मास्टर ऑफ साइंस आई टी डिपार्टमेंट के विच भैन ने फर्स्ट डिवीजन च पास की है। ये हाँ छत सारी चौंदी है उपरों ना इतने कोई लाइट आ क्योंकि देखो आ कमरे के विच भी कूड़ा किदां भरिया पिया भैन दे आ सारे घर दी चंगी चीजा कबाड़ बन गया कबाड़ सारा कमर च बड़ी कोई नहीं भैन कहते जिंदे लगे हुए अंदर मंजे पए ने कूलर पए ने कुर्सियां पुरानियां पोस्ट ग्रेजुएट कुड़ी इत्थे रहिंदी आ आ भांडियां दे विच इह अपना कुछ ना कुछ बना के खांदी आ कैप्सूलां दे पत्ते किन्ने ਕਿਤਾਬਾਂ ਪਈਆਂ ਗਲੀਆਂ ਪਈਆਂ ਬਾਈ ਤੁਹਾਡੇ ਨਾਲ ਅਸੀਂ ਸਾਰੀ ਭੈਣ ਨੇ ਆ ਸ਼ੰਖ ਆ ਇਹਦੇ ਤੇ ਕਦੇ ਹੱਥ ਹੀ ਨਹੀਂ ਧੋਤੇ ਗਏ ਹੋਣੇ ਉਹ ਵਾਹਿਗੁਰੂ ਉਹ ਟਾਇਲਟ ਦੀ ਦੇਖੋ ਫਲੱਸ਼ ਦੇਖੋ ਕਿੱਦਾਂ ਭਰੀ ਪਈ ਆ ਨਲਕਾ ਵਾ ਆ ਸਰਕਾਰੀ ਟੂਟੀ ਦਾ ਜਿਹੜਾ ਪਾਣੀ ਆ ਪੈਪ ਦੇ ਰਾਹੀਂ ਉੱਥੇ ਤੱਕ ਅੰਦਰ ਜਾਂਦਾ ਉਹ ਇਹ ਪਾਣੀ ਭੈਣ ਇੱਥੋਂ ਚੱਕ ਕੇ ਪਾਣੀ ਪੀਂਦੀ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਅਰਦਾਸ ਕਰਿਓ ਇਹਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਬਾਕੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ ਕਿੱਦਾਂ ਕਿਹੜੇ ਹਾਲਾਤਾਂ ਦੇ ਵਿੱਚ ਸੀ ਭੈਣ ਸ਼ੇਅਰ ਕਰਿਓ ਤਾਂ ਜੋ ਕਿਸੇ ਹੋਰ ਭੈਣ ਦੀ ਜਾਂ ਕਿਸੇ ਹੋਰ ਵੀਰ ਦੀ ਆਪਾਂ ਮਦਦ ਕਰ ਸਕੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਇਹ ਮਾਲਾ ਕਲਾਂ ਪਿੰਡ ਆ ਜੀ ਮੋਗੇ ਡਿਸਟ੍ਰਿਕਟ ਦਾ ਪਿੰਡ ਆ ਜੀ ਇਹ ਸੋ ਬ੍ਰਦਰ ਜੀ ਮੈਂ ਘਰ ਤੱਕ ਤੁਹਾਡੀ ਵੀਡੀਓ ਬਣਾ ਕੇ ਦੇਖਿਆ ਇਹਦੀ ਫੈਮਿਲੀ ਹੈਗੀ ਆ ਜੀ ਇਹਦੀ ਮਾਂ ਹੈਗੀ ਆ ਜੀ ਉਸ ਨੂੰ ਇਹ ਘਰੇ ਨਹੀਂ ਵੜਨ ਦਿੰਦੀ ਕਿਉਂਕਿ ਤੁਸੀਂ ਹਾਲਾਤ ਦੇਖ ਹੀ ਲਏ ਆ ਕਿ ਕਿੰਨੇ ਕੁ ਮਾੜੇ ਹਾਲਾਤ ਹੋਏ ਪਏ ਆ ਇਹਨਾਂ ਦੀ ਮੰਮਾ ਜੀ ਨਾਲ ਦੇ ਪਿੰਡ ਲੰਗੀਆਂ ਨੇ ਪਿੰਡ ਰਹਿੰਦੀ ਆ ਮਾਸਟਰ ਆ ਜੀ ਇਸ ਟਾਈਮ ਉਹ ਰਿਟਾਇਰਮੈਂਟ ਤੇ ਆ ਸ਼ਾਇਦ ਮੈਨੂੰ ਬਾਲਾ ਕਲੀਅਰ ਨਹੀਂ ਆ ਬਹੁਤ ਅੱਛਾ ਜੀ ਚਾਹ ਬਣਾਈ ਗਏ ਨਾ ਜੀ ਕਾਹ ਦੀ ਲੋੜ ਜੀ ਆਏ ਕਿਉਂ ਠੀਕ ਹੋ ਭੈਣ ਜੀ ਹਾਂਜੀ ਤੇ ਤੁਹਾਨੂੰ ਸੇਵਾ ਚ ਲੈ ਚਲੀਏ ਤੁਹਾਡੀ ਸੇਵਾ ਕਰ ਦਈਏ ਥੋੜੀ ਬਹੁਤੀ ਹੈਗਾ ਬਸ ਸਿਰਫ ਸਾਂਭ ਸੰਭਾਲੀਏ ਤੁਹਾਡੀ ਸੇਵਾ ਹੀ ਇੱਕ ਮੈਂ ਉਹ ਫੌਜ ਭਰਤੀ ਹੋਈ ਮੈਂ ਠੀਕ ਹੈ ਜੀ ਅਦਾਲਤ ਚ ਕੇਸ ਚੱਲਦਾ ਮੇਰਾ ਠੀਕ ਹੈ ਜੀ ਡਾਕਟਰ ਮੈਂ ਫੌਜ ਚ ਐਮਏ ਕੀਤੀ ਹੈ ਮੇਰੀ ਮੈਨੂੰ ਪਤਾ ਐਵੇਂ ਕਿਤੇ ਤੁਸੀਂ ਤੁਸੀਂ ਬਹੁਤ ਐਜੂਕੇਟਡ ਆ ਮੈਨੂੰ ਪਤਾ ਇਹ ਗੱਲ ਦਾ ਐਜੂਕੇਟਡ ਆ ਪੜ੍ਹੀ ਲਿਖੀ ਕੁੜੀ ਆ ਜੀ ਬਹੁਤ ਮਤਲਬ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਗੱਲਾਂ ਬਾਤਾਂ ਜੋ ਕਿਵੇਂ ਗੱਲਬਾਤ ਕਰ ਰਹੀ ਆ ਸੋ ਬਾਕੀ ਬ੍ਰਦਰ ਜੀ ਮੈਂ ਇੰਨਾ ਇਹਦੇ ਇਹਨਾਂ ਬਾਰੇ ਜਾਣਦਾ ਨਹੀਂ ਵਿਚਾਰੀ ਬਾਰੇ ਮੈਨੂੰ ਚੰਗਾ ਨਹੀਂ ਲੱਗਾ ਤੋ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਬਾਈ ਜੀ ਵੀ ਆਪਾਂ ਇਹਦੀ ਸੇਵਾ ਖੱਟੀਏ ਸੋ ਪ੍ਰੋਪਰ ਐਡਰੈਸ ਇਹਦਾ ਮਾਲਾ ਕਲਾਂ ਪਿੰਡ ਆ ਜੀ ਡਿਸਟ੍ਰਿਕਟ ਮੋਗਾ ਪੈਂਦਾ ਆਪਾਂ ਨੂੰ ਮੇਰਾ ਪਿੰਡ ਵੱਡਾ ਘਰ ਆ ਜੀ 4 ਕਿਲੋਮੀਟਰ ਤੇ ਮੇਰਾ ਪਿੰਡ ਆ ਤੁਹਾਡਾ ਜਦੋਂ ਵੀ ਪਲੈਨਿੰਗ ਬਣੇ ਆਉਣ ਦੀ ਬਾਈ ਜੀ ਮੈਨੂੰ ਫੋਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਮਾਲਾ ਕਲਾਂ ਪਿੰਡ ਦੇ ਵਿੱਚ ਆਏ ਹਾਂ ਜੀ ਅੱਜ ਇੱਥੇ ਇੱਕ ਭੈਣ ਆ ਮੈਂਟਲੀ ਅਪਸੈਟ ਆ ਪੜ੍ਹੀ ਲਿਖੀ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਉਹਨੇ ਇਸ ਘਰ ਦੇ ਵਿੱਚ ਰਹਿੰਦੀ ਆ ਤੁਸੀਂ ਦੇਖ ਸਕਦੇ ਹੋ ਘਰ ਦੇ ਬਾਹਰ ਹੀ ਕਿੰਨਾ ਪਹਿਲਾਂ ਤਾਂ ਗੰਦ ਆ ਹਨਾ ਅਤੇ ਆ ਗੇਟ ਗਲਿਆ ਪਿਆ ਵਾ ਪੜ੍ਹੀ ਲਿਖੀ ਭੈਣ ਇਕੱਲੀ ਹੋਈ ਰਹਿੰਦੀ ਆ ਘਰ ਦੇ ਵਿੱਚ ਜੰਗਲ ਬਣਿਆ ਪਿਆ ਵਾ ਪੂਰਾ ਨਗਰ ਦੇ ਨਿਵਾਸੀ ਸਾਰੇ ਸਾਡੇ ਸਾਨੂੰ ਖੜਿਆਂ ਨੂੰ ਦੇਖ ਕੇ ਆ ਗਏ ਵੀਰੇ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਭੈਣ ਨਾਲ ਗੱਲ ਕਰਨ ਦੀ ਮਦਦ ਕਰਨ ਦੀ ਉਹਦੀ ਹੈ ਨਾ ਅਤੇ ਹਾਂ ਭੈਣੇ ਸਤਿ ਸ਼੍ਰੀ ਅਕਾਲ ਆਓ ਵੀ ਸਤਿ ਸ਼੍ਰੀ ਅਕਾਲ ਭੈਣੇ ਪਹਿਲਾਂ ਤਾਂ ਤੇਰੀ ਮਦਦ ਲਈ ਆਏ ਹਾਂ ਅਸੀਂ ਘਬਰਾ ਨਾ ਤੂੰ ਸਾਨੂੰ ਪਤਾ ਲੱਗਿਆ ਤੂੰ ਪੜ੍ਹੀ ਲਿਖੀ ਬਹੁਤ ਆ ਕਿੰਨਾ ਪੜ੍ਹੀ ਹੈ ਭੈਣੇ ਨਹੀਂ ਨਹੀਂ ਕੋਈ ਨਹੀਂ ਸਬਜ਼ੀ 'ਚ ਨਹੀਂ ਪੜ੍ਹਦਾ ਸਬਜ਼ੀ 'ਚ ਨਹੀਂ ਕੋਈ ਪੜ੍ਹਦਾ ਤੇਰੀ 'ਚ ਐੱਮ ਐੱਸ ਸੀ ਕੀਤੀ ਹੈ ਭੈਣੇ ਠੀਕ ਹੈ ਭੈਣੇ ਪੀ ਐੱਚ ਡੀ ਕੀਤੀ ਮੇਰੀ ਗਿਆਨੀ ਗ੍ਰੰਥ ਸਾਹਿਬ ਦੀ ਅਤੇ ਭੈਣੇ ਤੇਰੇ ਪਰਿਵਾਰ 'ਚ ਕੌਣ ਆ ਹੋਰ
ਸਾਡੇ ਚੌਂਕੀ ਹੈ। ਅੱਛਾ ਜੀ, BSF ਹੈ, ਮੈਂ ਵਹਾਂ ਬ੍ਰਿਸਲਿੰਗ ਕਰ ਰਹੀ ਹਾਂ। ਅੱਛਾ, ਤੁਸੀਂ BSF ਦੇ ਵਿੱਚ ਹੋ? ਹਾਂਜੀ। ਠੀਕ ਹੈ ਭੈਣੇ, ਠੀਕ ਆ। ਇਹ ਫਿਰ ਸਾਰੀ ਸਿਸਟਰੀ ਤੁਹਾਡੇ ਅੰਦਰ ਹੀ ਚੱਲਦੀ ਹੈ? ਹਾਂਜੀ। ਠੀਕ ਹੈ ਭੈਣੇ, ਠੀਕ। ਜਗਦੀਪ ਕੌਰ ਕਿਹੜੇ ਕਾਲਜ 'ਚ ਪੜ੍ਹੀ ਸੀ ਤੂੰ? ਸਤਿਮਾ ਖੁਰਦ ਖਾਲਸਾ ਕਾਲਜ। ਅੱਛਾ, ਉੱਥੇ ਹੋਸਟਲ 'ਚ ਹੀ ਰਹਿੰਦੀ ਸੀ? ਹਾਂਜੀ, ਮੱਲੀਆਂ ਤੋਂ ਬੀਏ ਕੀਤੀ। ਮੱਲੀਆਂ ਤੋਂ ਬੀਏ ਕੀਤੀ। ਚਾਹ ਬਣਾ ਦੀ? ਹਾਂ, ਪੀ ਲੈਂਦੀ ਹਾਂ ਭੈਣੇ, ਚੱਲ ਬਣਾ, ਘੁੱਟ ਘੁੱਟ ਪੀ ਲੈਂਦੇ ਚਾਹ, ਮੇਰੀ ਭੈਣ ਲੈ। ਠੀਕ ਹੈ ਭੈਣੇ, ਠੀਕ ਹੈ। ਉਹ ਮੰਜੇ ਤੇ ਬਹਿ ਜਾਂਦੇ, ਉਹ ਮੰਜੇ ਤੇ ਬਹਿ ਜਾਂਦੇ। ਠੀਕ ਹੈ ਭੈਣੇ, ਠੀਕ ਹੈ। ਰੋਤੇ ਦਾ ਕੀ ਨਾਮ ਭੈਣੇ? ਰੀਵਨ। ਰੀਵਨ ਉਹਦਾ ਨਾਂ। ਇਹ ਸਮੈਲ ਕਰ ਲੈਂਦਾ, ਸੁੱਗ ਲੈਂਦਾ ਸਾਰਾ ਕੁਛ? ਇਹ ਜਿਵੇਂ ਫੌਜ ਕੋਲੇ ਹੁੰਦੇ ਆ ਸੀ, ਤੁਹਾਡੇ ਕੋਲੇ BSF ਕੋਲੇ, ਉਹ ਕੁੱਤਾ ਇਹ? ਹਾਂਜੀ, ਡੌਗ ਸਕੁਆਡ। ਯਾਰ ਕਾਂਡ ਕਾ ਕੇਸ ਚੱਕਿਆ ਸੀ, ਆਈਡੀ ਸਹੂਲਤ ਦੀ ਹੈ। ਅੱਛਾ, ਸਾਰੀ ਸੀਡੀ ਦੀ ਸਹੂਲਤ ਤੁਸੀਂ ਦਿੱਤੀ ਹੈ ਭੈਣੇ? ਫਿਰ ਤੁਸੀਂ ਕਿਵੇਂ? ਅਸੀਂ ਤਾਂ ਭੈਣੇ ਤੇਰੀ ਆਹੀ ਆਏ ਆ, ਤੇਰੀ ਸੋਭਾ ਸੁਣ ਕੇ। ਜਗਦੀਪੁਰ ਭੈਣੇ, ਤੁਹਾਡਾ ਗੋਤ ਕੀ ਆ? ਮੈਂ ਲੱਗੀ ਹਾਂ ਇਨਕੁਆਰੀ ਐਂਡ ਬ੍ਰੇਸਲਿੰਗ ਪੋਸਟ ਕੇ ਉੱਪਰ ਹੂੰ ਮੈਂ, ਸੀਡੈਕ ਸੇ ਲੱਗੀ ਹੂੰ। ਆਪ ਮੇਰੀ ਪ੍ਰੋਮੋਸ਼ਨ ਹੋਈ ਹੈ ਵਾਂ। ਪ੍ਰੋਮੋਸ਼ਨ ਹੋਈ ਹੈ? ਤੁਹਾਡਾ ਗੋਤ ਕੀ ਹੈ? ਗੋਤ ਮੇਰਾ ਗੋਤ ਦਿੱਲੀ ਸੇ ਗਾਂਧੀ ਹੈ, ਯਹਾਂ ਸੈਣੀ। ਸੈਣੀ ਗੋਤ ਹੈ। ਭੈਣ ਦਾ ਆਪਣਾ ਨਾਮ ਜਗਦੀਪ ਕੌਰ ਸੈਣੀ ਦੱਸਦੀ ਹੈ ਭੈਣ। ਘਰ ਦੇ ਵਿੱਚ ਤੁਸੀਂ ਹਾਲਾਤ ਦੇਖੋ, ਕੁੱਤੇ ਦੇ ਵੀ ਹਾਲਾਤ ਇੰਨੇ ਮਾੜੇ, ਵਿਚਾਰਾ ਸੁੱਕਿਆ ਪਿਆ, ਹੱਡੀਆਂ ਦਾ ਪਿੰਜਰ ਬਣਿਆ ਪਿਆ। ਉਹ ਵੀ ਭੈਣ ਤੋਂ ਪਾਣੀ ਮੰਗਿਆ ਸੀਗਾ ਪੀਣ ਨੂੰ, ਭੈਣ ਨੇ ਸਾਨੂੰ ਪਾਣੀ ਵੀ ਲਿਆ ਕੇ ਦਿੱਤਾ ਅੰਦਰੋਂ। ਪਰ ਭੈਣ ਇਹ ਕਹਿੰਦੇ ਵੀ ਮੈਂ ਸ੍ਰਿਸ਼ਟੀ ਦੀ ਜਿਹੜੀ ਹੈਗੀ ਆ ਮਾਲਕ ਆ ਇੱਥੋਂ ਦੀ, ਮੈਂ BSF। ਭੈਣੇ ਕੀ BSF 'ਚ ਕਿਹੜੀ ਪੋਸਟ ਆ ਤੁਹਾਡੀ? ਇਨਕੁਆਰੀ ਐਂਡ ਬ੍ਰਿਸਲਰ। ਠੀਕ ਆ ਭੈਣੇ, ਕਿੱਥੇ ਹੈ, ਕਿੱਥੇ ਪੋਸਟਿੰਗ ਤੁਹਾਡੀ? ਬਾਅਦ ਮੈਂ ਆਪ ਅਮੈਰੀਕਾ ਚਲੇ ਜਾਓਗੇ। ਤੇ ਕਿੰਨੇ ਭੈਣ ਭਰਾ ਤੁਸੀਂ? ਅਸੀਂ ਦੋ ਭੈਣਾਂ, ਅਮਨ ਦੀ। ਅਮਨ, ਇੱਕ ਭੈਣ ਦਾ ਨਾਮ ਅਮਨਦੀਪ ਹੈ, ਤੁਹਾਡਾ ਨਾਮ ਹੈਗਾ ਜਗਦੀਪ? ਤੁਹਾਡਾ ਨਾਮ ਜਗਦੀਪ ਕੌਰ ਆ, ਤੇ ਤੁਹਾਡੀ ਮੰਮੀ ਦਾ ਕੀ ਨਾਮ ਜੀ? ਗੁਰਬਚਨ ਕੌਰ। ਉਹ ਕਿੱਥੇ ਰਹਿੰਦੇ ਨੇ ਮੰਮੀ? ਮੋਗੇ ਰਹਿ ਰਹੇ। ਉਹ ਮੋਗੇ ਰਹਿ ਰਹੇ ਕਿੰਨੇ ਸਾਲਾਂ ਤੋਂ? ਭਾਈ ਭੈਣ ਹੈ ਭਾਈ, 10 ਸਾਲ ਤੋਂ ਉੱਪਰ ਹੋ ਗਿਆ। ਹਾਂਜੀ ਹਾਂਜੀ, ਯਾਨੀ ਕਿ ਇਦਾਂ ਹੀ ਰਹਿੰਦੀ ਹੈ ਭੈਣ? ਇਕੱਲੀ ਹੋਈ ਨੇ ਮਾਤਾ ਦਾ। ਹਾਂਜੀ, ਤੁਸੀਂ ਗਵਾਂਢੀ ਉਹਨਾਂ ਦੇ? ਹਾਂ ਹਾਂ, ਮੈਂ ਬਾਈ ਬਿੰਦਰ ਦਾ ਰਿਸ਼ਤੇਦਾਰ ਹਾਂ। ਅੱਛਾ ਅੱਛਾ, ਉਹਨਾਂ ਦਾ ਰਿਸ਼ਤੇਦਾਰ। ਹਾਂਜੀ ਮਾਤਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਨਹੀਂ ਮਾਤਾ ਜੀ ਤੁਸੀਂ ਇੱਥੇ ਆ ਜਾਓ। ਮਾਤਾ ਜੀ ਤੁਸੀਂ ਇੱਥੇ ਆਓ ਤਾਂ ਸਹੀ ਹੈ ਇੱਕ ਵਾਰੀ। ਮਾਂ ਦੇਖੋ, ਤੁਹਾਨੂੰ ਤੁਸੀਂ ਵੀ ਡਰਦੇ ਉੱਥੇ ਬੈਠੇ ਹੋ, ਅਤੇ ਇਹ ਵਿਚਾਰੀ ਇੱਥੇ ਫਟੇ ਕੱਪੜੇ ਆ, ਨੇ ਭੈਣ ਦੇ ਪੂਰੀ ਸਾਈਡ ਸਾਰੀ ਕੱਪੜੇ ਫਟੇ ਹੋਏ ਆ, ਘਰ ਦੇ ਵਿੱਚ ਜੰਗਲ ਬਣੇ ਪਏ ਆ। ਕਾਹਤੋਂ ਨਹੀਂ ਆਉਣਾ ਮਾਂ ਮੈਂ? ਫਿਰ ਦੇਖੋ ਤੁਸੀਂ ਚਾਹੁੰਦੇ ਹੋ ਮੈਂ ਆਉਣਾ ਵੀ ਨਹੀਂ ਗਾ, ਅਤੇ ਤੁਸੀਂ ਤੁਸੀਂ ਵੀ ਨਾ ਕੁਛ ਕਰੋ। ਮਾਂ ਉਹਦੀ ਹਾਲਤ ਬਹੁਤ ਮਾੜੀ ਆ ਭੈਣ ਦੀ, ਬਹੁਤ ਜ਼ਿਆਦਾ। ਤੁਸੀਂ ਸਾਡਾ ਸਾਥ ਤਾਂ ਦਿਓ ਆ ਕੇ, ਜਾਂ ਤਾਂ ਦੇਖੋ ਤੁਸੀਂ ਇਹਨਾਂ ਨੂੰ ਸੰਭਾਲੋ। ਮਾਂ ਠੀਕ ਆ, ਇੱਥੇ ਆ ਜਾਓ ਤੁਸੀਂ, ਇੱਥੇ ਆ ਜਾਓ। ਆ ਤਾਂ ਸਹੀ ਮਾਂ ਮੇਰੀ, ਆਂਢ ਗੁਆਂਢ ਦੇ ਲੋਕ ਬਹੁਤ ਤੰਗ ਨੇ, ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀਆਂ, ਤਾਂ ਹੀ ਅਸੀਂ ਇੱਥੇ ਆਏ ਹਾਂ ਮਾਂ। ਜਾਂ ਤੁਸੀਂ ਇਹਨਾਂ ਨੂੰ ਸੰਭਾਲ ਲਓ, ਆ ਕੇ ਕੋਲੇ ਰਹੋ, ਇਹਨਾਂ ਦੇ ਹਾਲਤ ਬਹੁਤ ਮਾੜੀ ਆ। ਸਾਰਾ ਨਗਰ ਖੜਾ ਸਾਡੇ ਕੋਲੇ, ਸਾਰਾ ਨਗਰ ਗਵਾਹੀ ਭਰਦਾ। ਹਾਂਜੀ ਬਾਈ ਜੀ, ਭੈਣ ਦੀ ਹਾਲਤ ਕਿੱਦਾਂ ਦੀ ਆ? ਬਹੁਤ ਮਾੜੀ ਆ। ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ? ਤੁਸੀਂ ਕਿਉਂ ਨਹੀਂ ਰਹਿ ਰਹੇ ਇੱਥੇ ਦੇ ਕੋਲੇ ਫਿਰ ਵਿਚਾਰੀ ਕੋਲੇ? ਹਾਂਜੀ, ਸਰਪੰਚ ਸਾਹਿਬ ਵੀ ਆਉਂਦੇ ਨੇ, ਹੋਰ ਬੰਦੇ ਸਾਰੇ ਖੜੇ ਨੇ, ਮੋਹਤਵਾਰ ਜੀ ਇੱਥੇ। ਤੁਸੀਂ ਮਾਂ ਮੇਰੀਏ ਇੱਥੇ ਆਓ, ਆ ਕੇ ਆਪਾਂ ਮੌਕੇ ਤੇ ਗੱਲ ਕਰਦੇ ਹਾਂ, ਤੁਸੀਂ ਇੱਥੇ ਪਹੁੰਚੋ। ਦੇਖੋ ਕਿੰਨੀ ਮਾੜੀ ਹਾਲਤ ਦੇ ਵਿੱਚ ਆ ਭੈਣ, ਪਰਿਵਾਰ ਵੀ ਇਹ ਗੱਲ ਸਮਝਣ ਨੂੰ ਤਿਆਰ ਨਹੀਂ, ਕਿਉਂਕਿ ਉਹ ਆਪਣੀ ਬੇਟੀ ਕੋਲ ਰਹਿੰਦੇ ਨੇ। ਮਾਤਾ ਜੀ ਖੁਦ ਰਿਟਾਇਰਡ ਨੇ, ਟੀਚਰ ਆ, ਸਰਕਾਰੀ ਟੀਚਰ ਸੀ, ਲੰਗਿਆਣੇ ਪਿੰਡ ਉਹ ਰਹਿੰਦੇ ਨੇ, ਨੇੜੇ ਦਾ ਪਿੰਡ ਆ। ਡੈਡੀ ਵੀ ਟੀਚਰ ਸੀ? ਡੈਡੀ ਵੀ ਟੀਚਰ ਸੀ, ਇਹਨਾਂ ਦੀ ਮਾਤਾ ਜੀ ਵੀ ਟੀਚਰ ਸੀ। ਇੱਥੇ ਭਰਤ ਵੀ ਪੈਣ ਵਾਲਾ ਹੈ ਨਾ, ਥੋੜਾ ਭਰਤ ਪੈ ਜਾਵੇ ਤਾਂ ਪਾਣੀ ਖੜੂਗਾ ਇੱਕ ਚੱਕਰ। ਪਾਣੀ ਖੜ ਜਾਂਦਾ ਇੱਕ ਪਿੰਡ ਬਹੁਤ ਸੋਹਣਾ ਕਰ ਰਿਹਾ। ਕਬਾੜ ਸਾਰਾ
ਡੈਸ਼ ਲੱਗਿਆ ਹੋਇਆ ਉੱਪਰ ਉਹਨੂੰ ਚੱਲ ਰਿਹਾ ਨਹੀਂ ਕਦੇ ਮੈਨਾਂ ਦਾ ਡੈਸ਼ ਤਾਂ ਤਾਰ ਕੱਟੀ ਉਹਦਾ ਜਿਹੜਾ ਡਰਮ ਜਿਹਾ ਸੋਈ ਚ ਬਣਾਈ ਚਾਰ ਨਾਲ ਗਲਿਆ ਪਿਆ ਬੁਰੇ ਹਾਲ ਤੇਰੂ ਦੇਖੋ ਇਸ ਬੈੱਡ ਦੇ ਉੱਤੇ ਭੈਣ ਸੌਂਦੀ ਆ ਆ ਜਾ ਜੇ ਦੇਖ ਲਓ ਇਹ ਸਾਡੀ ਛੱਤ ਪੱਟ ਕੇ ਹਾਂ ਛੱਤ ਸਾਰੀ ਚੋਂਦੀ ਆ ਉੱਪਰੋਂ ਚਲੋ ਗਾਂ ਚਲੋ ਮੈਂ ਇੱਥੇ ਕੋਈ ਲਾਈਟ ਆ ਕਿਉਂਕਿ ਬੈਲ ਬੱਤੀ ਹੈ ਨਹੀਂ ਬੈਲ ਨਹੀਂ ਕੋਈ ਦਿੰਦਾ ਲੱਕੜਾਂ ਲੁੱਕੜਾਂ ਜੋੜ ਕੇ ਬੈੱਡ ਬਣਾਇਆ ਹੋਇਆ ਉਹ ਬੈੱਡ ਟੁੱਟਿਆ ਹੋਇਆ ਉਧਰ ਪਿਆ ਆ ਕਮਰੇ ਦੇ ਵਿੱਚ ਦੇਖੋ ਆ ਹਾਲਤ ਆ ਪੜ੍ਹੀ ਲਿਖੀ ਭੈਣ ਸਾਡੀ ਐਮ ਏ ਬੀ ਐਡ ਆ ਅਲਮਾਰੀਆਂ ਪੇਟੀਆਂ ਪਈਆਂ ਵਾ ਕੰਪਿਊਟਰ ਵੀ ਪਿਆ ਦੇਖੋ ਪੁਰਾਣੇ ਪੁਰਾਣੇ ਜ਼ਮਾਨੇ ਦਾ ਕੰਪਿਊਟਰ ਆ ਕੀਪੈਡ ਪਿਆ ਟੀ ਵੀ ਪਿਆ ਇੱਕ ਡੱਬੇ ਦੇ ਵਿੱਚ ਬੰਦ ਨਵਾਂ ਟੀ ਵੀ ਪਿਆ ਹਜੇ ਨਵਾਂ ਹੀ ਪਿਆ ਆਉਣ ਲੱਗ ਗਈ ਦੇਖੋ ਹੁਣ ਤਾਂ ਟੀ ਵੀ ਵੀ ਨਹੀਂ ਚੱਲਦੇ ਹੁਣ ਤਾਂ ਐਲ ਸੀ ਡੀਆਂ ਆ ਗਈਆਂ ਡੱਬੇ 'ਚੋਂ ਵੀ ਨਹੀਂ ਕੱਢਿਆ ਗਿਆ ਅਤੇ ਆਹ ਘਰ 'ਚ ਸ਼ੋਅ ਕੇਸ ਬਣੇ ਹੋਏ ਆ ਕਿੰਨੇ ਸੋਹਣੇ ਹੈ ਨਾ ਕਿਸੇ ਟਾਈਮ ਇਹ ਘਰ ਬੜਾ ਖੂਬਸੂਰਤ ਸੀ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕ ਬੜੇ ਪੜ੍ਹੇ ਲਿਖੇ ਸੀ ਪਰ ਸਮੇਂ ਨੇ ਹਾਲਾਤ ਨੇ ਇੱਦਾਂ ਦੀ ਕਰਵਟ ਲਈ ਅਤੇ ਹਾਂਜੀ ਇੱਕ ਆਹ ਤਸਵੀਰ ਲੱਗੀ ਹੋਈ ਆ ਕਾਲਜ ਦੇ ਟਾਈਮ ਦੀ ਦੇਖੋ ਉਹ ਵਾਹਿਗੁਰੂ ਆਹ ਕਾਲਜ ਦੇ ਟਾਈਮ ਦੀ ਤਸਵੀਰ ਆ ਲਾਈਟ ਮਾਰ ਚੰਗੀ ਤਰ੍ਹਾਂ ਕੱਕ ਇਹਦੇ ਵਿੱਚ ਹੁਣ ਭੈਣ ਕਿੱਥੇ ਖੜੀ ਹੋਊਗੀ ਸਾਨੂੰ ਉਹ ਵੀ ਨਹੀਂ ਦਿਖਾਈ ਦੇਣੀ ਆਹ ਕਿਤਾਬਾਂ ਪਈਆਂ ਦੇਖੋ ਆ ਸਾਰੀਆਂ ਭੈਣ ਨੇ ਗ੍ਰੈਜੂਏਸ਼ਨ ਪਹਿਲਾਂ ਉੱਥੋਂ ਕੀਤੀ ਹੈ ਸਿੱਧਵਾਂ ਕਾਲਜ ਤੋਂ ਉਸ ਤੋਂ ਬਾਅਦ ਇੱਦਾਂ ਦੇ ਹਾਲਾਤ ਨਾ ਕਿਸੇ ਦੇ ਨਾਲ ਹੋਣ ਜਿਹੜੇ ਹਾਲਾਤ ਇਸ ਪਰਿਵਾਰ ਨਾਲ ਹੋਏ ਨੇ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਆ ਰਸਾਲੇ ਪਏ ਆ ਦੇਖੋ ਕੰਪਿਊਟਰ ਦੇ ਇੱਦਾਂ ਦੇ ਰਸਾਲੇ ਵੀ ਭੈਣ ਉਹਨੀ ਪੜ੍ਹਦੇ ਸੀ ਜਿਹੜੇ ਪੜ੍ਹੇ ਲਿਖੇ ਬੰਦੇ ਪੜ੍ਹਦੇ ਆ ਨਾ ਰਸਾਲੇ ਉੱਦਾਂ ਦੇ ਕੋਈ ਫਿਲਮਾਂ ਕਹਾਣੀਆਂ ਵਾਲੇ ਨਹੀਂ ਸੀਗੇ ਦੇਖੋ ਇਹ ਸਾਰੇ ਅਕਾਊਂਟਿੰਗ ਸਾਫਟਵੇਅਰ ਦੇ ਇੱਦਾਂ ਦੇ ਉਹ ਸੀਗੇ ਸਾਰੇ ਮੈਗਜ਼ੀਨ ਜਿਹੜੇ ਪਏ ਆ ਇੱਥੇ ਕਿਤਾਬਾਂ ਵੀ ਸਾਰੀਆਂ ਕੰਪਿਊਟਰ ਨਾਲ ਰਿਲੇਟਡ ਘਰ ਦੇ ਵਿੱਚ ਕੂੜਾ ਕਵਾੜਾ ਕਿੱਦਾਂ ਭਰਿਆ ਪਿਆ ਵਾਹਿਗੁਰੂ 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 ਘਰ ਦੀਆਂ ਖੁਸ਼ੀਆਂ ਖੰਭ ਲਾ ਕੇ ਉੱਡ ਗਈਆਂ ਪਤਾ ਨਹੀਂ ਉਹ ਕਿਹੜੇ ਕਰਮ ਸੀਗੇ ਜਿਹੜੇ ਇਸ ਘਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਨਾਲ ਲੈ ਗਏ ਆ ਇੱਥੇ ਡਾਇਨਿੰਗ ਟੇਬਲ ਆ ਇਹਨਾਂ ਦਾ ਅਤੇ ਆ ਦੇਖੋ ਆ ਇੰਨਾ ਸੋਹਣਾ ਕਮਰਾ ਸੀ ਕਿਸੇ ਟਾਈਮ ਪੱਖਾ ਵਧੀਆ ਡਿਜ਼ਾਇਨਦਾਰ ਲੱਗਿਆ ਹੋਇਆ ਸ਼ੋਕੇਸ ਇੰਨੇ ਸੋਹਣੇ ਬਣੇ ਆ ਸੋਫੇ ਦੇਖੋ ਕਿੰਨੇ ਸੋਹਣੇ ਉਸ ਟਾਈਮ ਮਹਿੰਗੇ ਸੋਫੇ ਆ ਇਹ ਆਹ ਗੱਦਾ ਦੀਵਾਨ ਬੈੱਡ ਲੱਗਿਆ ਹੋਇਆ ਅੱਜ ਗੱਦਾ ਜੇ ਅਸੀਂ ਚਾਹੀਏ ਵੀ ਆ ਦੇਖੋ ਚਾਦਰ ਦੇ ਦੇਖੋ ਕੀ ਹਾਲ ਹੋ ਗਿਆ ਪਰਖੱਚੇ ਹੀ ਉੱਡ ਗਏ ਚਾਦਰ ਦੇ ਅਤੇ ਆਹ ਗੱਦੇ ਦੇ ਉੱਤੇ ਵਿਛਾਇਆ ਹੋਇਆ ਗਦੇ ਲੈ ਦੇਖੋ ਲਓ ਆਹ ਹਾਲਾਤ ਹੋ ਗਿਆ ਜੀ ਅਤੇ ਇਸ ਬੈੱਡ ਦੇ ਦੇਖੋ ਕੀ ਹਾਲਾਤ ਹੋ ਗਏ ਗਲ ਗਿਆ ਜਮਾਂ ਹੀ ਲਓ ਬੈੱਡ 'ਚ ਉਹਦੇ ਦੇਖੋ ਕੀ ਪਿਆ ਬੈੱਡ 'ਚ ਉਹਦੇ ਰਜਾਈਆਂ ਪਈਆਂ ਜਿਹੜੀਆਂ ਜਾਂ ਜੋ ਵੀ ਬਿਸਤਰੇ ਪਏ ਆ ਆਹ ਸਾਰਾ ਕੁਛ ਹੀ ਗਲ ਗਿਆ ਖਤਮ ਹੋ ਗਿਆ ਇਹ ਆ ਲਓ ਦੇਖੋ ਇਨਵਾਈਟਰ ਲੱਗਿਆ ਹੋਇਆ ਪਰ ਲਾਈਟ ਕੱਟੀ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਕਿਉਂਕਿ ਬਿਜਲੀ ਦਾ ਬਿੱਲ ਨਹੀਂ ਦਿੱਤਾ ਗਿਆ ਅਤੇ ਬਿਜਲੀ ਵਾਲੇ ਕਨੈਕਸ਼ਨ ਕੱਟ ਕੇ ਲੈ ਗਏ ਇਸ ਘਰ ਦੇ ਵਿੱਚ ਆਹ ਇੱਦਾਂ ਦੇ ਟਾਈਮ ਪੀਸ ਆ ਜਿਹੜੇ ਜਿਹਨਾਂ 'ਤੇ ਕਾਲਸ ਜੰਮੀ ਪਈ ਆ ਟਾਈਮ ਤਾਂ ਉਹਨਾਂ ਨੇ ਦੱਸਣਾ ਹੀ ਕੀ ਆ ਗੁਰਬਚਨ ਕੌਰ ਭੈਣ ਜੀਆਂ ਨੂੰ ਮਿਲਿਆ ਹੋਇਆ 1997 ਦੇ ਵਿੱਚ ਇਹ ਇਹਨਾਂ ਦੇ ਡੈਡੀ ਨੂੰ ਮੁਖਤਿਆਰ ਸਿੰਘ ਜੀ ਨੂੰ ਮਾਸਟਰ ਜੀ ਨੂੰ ਮਿਲਿਆ ਹੋਇਆ 1996 ਦੇ ਵਿੱਚ ਇਹ ਦੋਨੋਂ ਹਸਬੈਂਡ ਵਾਈਫ ਟੀਚਰ ਸੀ ਦੋ ਹੀ ਬੇਟੀਆਂ ਸੀਗੀਆਂ ਉਹਨਾਂ ਨੂੰ ਵਧੀਆ ਪੜ੍ਹਾਇਆ ਲਿਖਾਇਆ ਚੰਗੀ ਸਿੱਖਿਆ ਦਿੱਤੀ ਪਰ ਕੋਈ ਸਿੱਖਿਆ ਕਿਤੇ ਕੰਮ ਨਹੀਂ ਆਈ ਜਦੋਂ ਵਕਤ ਦਾ ਪਹੀਆ ਘੁੰਮਿਆ ਰਿਸਪੈਕਟ ਅੰਕਲ ਰਿਸਪੈਕਟਡ ਅੰਕਲ ਸਰਦਾਰ ਮੁਖਤਿਆਰ ਸਿੰਘ ਜੀ ਉਹਨਾਂ ਨੂੰ ਇਹ ਦਿੱਤਾ ਗਿਆ ਕਿਸੇ ਵੱਲੋਂ ਸਤਿਕਾਰਯੋਗ ਸੈਣੀ ਪਰਿਵਾਰ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਆਪ ਜੀ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਭਰਿਆ ਲਿਆਵੇ ਜਿਵੇਂ ਤੁਹਾਨੂੰ ਦੱਸਿਆ ਇੱਥੇ ਲੌਕ ਲੱਗਿਆ ਹੋਇਆ ਵਾ ਨਹੀਂ ਤਾਂ ਤੁਹਾਨੂੰ ਇਹਦੇ ਵਿੱਚ ਵੀ ਦਿਖਾਉਂਦੇ ਅਸੀਂ ਵੀ ਕੀ ਚੀਜ਼ਾਂ ਪਈਆਂ ਇਹਨਾਂ ਨੂੰ ਅੱਛਾ ਇੱਧਰ ਵੀ ਆਈ ਕਿੰਨਾ ਮਾਣ ਸਨਮਾਨ ਮਿਲਦਾ ਸੀ ਉਹਨਾਂ ਨੂੰ ਇਸ ਗੱਲ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਆਹ ਦੇਖੋ ਅੰਦਰ ਲਾਈਟ ਮਾਰੋ ਆਹ ਕਮਰਿਆਂ 'ਚ ਬੜੀ ਹੋਈ ਨਹੀਂ ਭੈਣ ਕਿਤੇ ਜਿੰਦੇ ਲੱਗੇ ਹੋਏ ਆ ਅੰਦਰ ਮੰਜੇ ਪਏ ਨੇ ਕੂਲਰ ਪਏ ਨੇ ਕੁਰਸੀਆਂ ਪੁਰਾਣੀਆਂ ਪਈਆਂ ਵਾ ਜਿੰਦਾ ਲੱਗਿਆ ਹੋਇਆ ਟਰੰਕ ਟਰੁੰਕ ਪਏ ਨੇ ਇਹ ਹਾਲਾਤ ਦਿਖਾਉਣੇ ਸੀਗੇ ਦਿਖਾ ਤੇ ਹੁਣ ਅਸੀਂ ਤੁਹਾਨੂੰ ਬਾਹਰ ਲੈ ਕੇ ਚੱਲਦੇ ਹਾਂ ਜੀ ਕਿਉਂਕਿ ਇਹਨਾਂ ਦੇ ਮੰਮੀ ਸ਼ਾਇਦ ਨਾਰਾਜ਼ ਹੋ ਰਹੇ ਸੀਗੇ ਵੀ ਤੁਸੀਂ ਇੱਥੇ ਘਰੇ ਨਹੀਂ ਵੜ ਸਕਦੇ ਅਤੇ ਅਸੀਂ ਉਹਨਾਂ ਨੂੰ ਮਨਾਵਾਂਗੇ ਉਹਨਾਂ ਨਾਲ ਸਮਝਾਵਾਂਗੇ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਵੀ ਸਮਝਾਉਣ ਦੀ ਅਸੀਂ ਪਰਿਵਾਰ ਨੂੰ ਇਹਨਾਂ ਦੀ ਮੰਮੀ ਨੂੰ ਯਤਨ ਕਰਾਂਗੇ ਤਾਂ ਜੋ ਇਹਨਾਂ ਦੇ ਮੰਮੀ ਸਮਝ ਸਕਣ ਇਸ ਗੱਲ ਨੂੰ ਹੈ ਨਾ ਆਹ ਬੈੱਡ ਆ ਇਹਦਾ ਭੈਣ ਦਾ ਆਹ ਬੈੱਡ ਦੇ ਉੱਤੇ ਤੁਸੀਂ ਦੇਖੋ ਸੋਫਾ ਪੁੱਠਾ ਕਰਕੇ ਟੁੱਟਿਆ ਹੋਇਆ ਸੋਫਾ ਵਾ ਜਿਹੜਾ ਉਹਦੇ ਵਿੱਚ ਕੱਪੜੇ ਰੱਖ ਕੇ ਗੰਦੇ ਮੰਦੇ ਉਹਦੇ ਉੱਤੇ ਸੌਂਦੀ ਆ ਇਹ ਭੈਣ ਭੈਣੇ ਆਹ ਤਸਵੀਰ ਅੱਛਾ ਆਹ ਤਸਵੀਰ ਤੇਰੀ ਆ ਦੇਖੀ ਸਾਰੇ ਤੇਰੇ ਨਾਲ ਪੜ੍ਹਦੇ ਸੀ ਕਿੱਥੋਂ ਦੀ ਫੋਟੋ ਹੈ ਕਿਹੜੇ ਕਾਲਜ ਦੀ ਆ
ਗੁੱਜਰਵਾਲ ਕਾਲਜ ਦੀ ਫੋਟੋ ਆ। ਅੱਜ ਤੁਸੀਂ ਪਛਾਣਿਓ ਜੀ ਗੁੱਜਰਵਾਲ ਕਾਲਜ ਦੇ ਵਿਦਿਆਰਥੀ। ਕਿਹੜੇ ਸਾਲ ਚ ਭੈਣ ਖਿੱਚੀ ਸੀ ਇਹ ਫੋਟੋ? ਡਿਪਲੋਮਾ ਕੀਤਾ ਥਾ ਮੈਨੇ। ਹਾਂ ਕਿਹੜੇ ਸਾਲ ਚ? 2000 ਦੇ ਵਿੱਚ। 2000 ਦੇ ਵਿੱਚ 2K ਭੈਣ ਕਹਿੰਦੀ 2K ਦੇ ਵਿੱਚ ਖਿੱਚੀ ਗਈ ਸੀ ਫੋਟੋ। ਅਤੇ ਅੱਜ ਆ ਦੇਖੋ ਕੁੱਤਾ ਵਿਚਾਰਾ ਕਿਵੇਂ ਸੁੱਕਿਆ ਪਿਆ, ਹੱਡੀਆਂ ਦਾ ਪਿੰਜਰ ਬਣਿਆ ਪਿਆ, ਖੁਦ ਭੈਣ ਦੇ ਸਾਰੇ ਕੱਪੜੇ ਸਾਈਡ ਤੋਂ ਫਟੇ ਹੋਏ ਨੇ। ਪਰ ਫਿਰ ਵੀ ਇਹਨਾਂ ਦੇ ਮਾਤਾ ਜੀ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਗਏ ਵੀ ਇਹ ਵਾਕਈ ਬਹੁਤ ਮਾੜੀ ਹਾਲਤ ਦੇ ਵਿੱਚ ਆ ਭੈਣ। ਬਾਕੀ ਅਸੀਂ ਪਿੰਡ ਦੇ ਸਰਪੰਚ ਸਾਹਿਬ ਦੀ ਵੇਟ ਕਰਦੇ ਹਾਂ, ਉਹ ਆਉਂਦੇ ਆ ਅਤੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਆਹ ਇਸ ਘਰ ਦਾ ਚੌਂਕਾ ਚੁੱਲ੍ਹਾ ਵਾ, ਆਹ ਇਸ ਘਰ ਦੇ ਵਿੱਚ ਪੋਸਟ ਗ੍ਰੈਜੂਏਟ ਕੁੜੀ ਇੱਥੇ ਰਹਿੰਦੀ ਆ, ਆਹ ਭਾਂਡਿਆਂ ਦੇ ਵਿੱਚ ਇਹ ਆਪਣਾ ਕੁਛ ਨਾ ਕੁਛ ਬਣਾ ਕੇ ਖਾਂਦੀ ਆ, ਕੈਪਸੂਲਾਂ ਦੇ ਪੱਤੇ ਕਿੰਨੇ ਪਏ ਨੇ ਦਵਾਈਆਂ ਦੇ, ਪਤਾ ਨਹੀਂ ਕਾਹਦੇ ਖਾਂਦੀ ਹੈ ਭੈਣ। ਇੱਥੇ ਡੱਬੇ ਦੇ ਵਿੱਚ ਇਹਨਾਂ ਭਾਂਡਿਆਂ 'ਚ ਰੋਟੀ ਬਣਾ ਕੇ ਖਾਂਦੀ ਹੈ ਭੈਣ। ਅਸੀਂ ਇਸ ਸਿਸਟਮ ਨੂੰ, ਇਸ ਪ੍ਰਸ਼ਾਸਨ ਨੂੰ, ਇੱਥੋਂ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਜੇ ਪ੍ਰਸ਼ਾਸਨ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਨਾਲ, ਹੈ ਨਾ, ਅਸੀਂ ਕੋਸ਼ਿਸ਼ ਕਰਦੇ ਹਾਂ ਸਰਪੰਚ ਸਾਹਿਬ ਨਾਲ ਗੱਲ ਕਰਕੇ, ਇੱਥੋਂ ਦਾ ਲੋਕਲ ਪ੍ਰਸ਼ਾਸਨ ਆ ਜਿਹੜਾ ਉਹਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰੀਏ ਵੀ ਇਸ ਭੈਣ ਦੇ ਵਾਸਤੇ ਵੀ ਉਹ ਕੁਛ ਕਰਨ ਜ਼ਰੂਰ, ਹੈ ਨਾ, ਹੋਵੇ ਇਹਦਾ ਕੋਈ ਹੱਲ ਨਿਕਲੇ। ਪਰ ਚਾਹ ਕੇ ਵੀ ਨਗਰ ਕੁਛ ਕਰ ਨਹੀਂ ਪਾ ਰਿਹਾ ਕਿਉਂਕਿ ਖੁਦ ਭੈਣ ਦੀ ਫੈਮਿਲੀ ਵੀ ਨਹੀਂ ਚਾਹੁੰਦੀ, ਇਹਦੇ ਮਦਰ ਹੀ ਨਹੀਂ ਚਾਹੁੰਦੇ ਕਿ ਹੈ ਨਾ ਵੀ ਉਹ ਨਹੀਂ ਠੀਕ ਆ, ਇੱਦਾਂ ਹੀ ਰੱਖਣਾ ਸੀ ਤਾਂ ਇੱਥੇ ਹੀ ਠੀਕ ਆ ਉਹ। ਉਹ ਕੁਛ ਆਉਂਦੇ ਨੇ ਪੈਸੇ ਦੇ ਕੇ ਜਾਂਦੇ ਨੇ, ਦੱਸਦੇ ਨੇ ਵੀਰੇ ਹੁਣੀ ਭੈਣ ਮਾਤਾ ਜੀ ਆਉਂਦੇ ਨੇ ਨਾ ਥੋੜ੍ਹੇ ਬਹੁਤੇ ਪੈਸੇ ਦੇ ਜਾਂਦੇ ਅਤੇ ਉਹਦੇ ਨਾਲ ਫਿਰ ਭੈਣ ਇੱਥੋਂ ਹੈਂਜੀ ਖਰਚਾ ਦੇ ਕੇ ਜਾਂਦੇ ਨੇ ਉੱਥੋਂ, ਫਿਰ ਇਹ ਬਾਜ਼ਾਰ ਦੇ ਵਿੱਚੋਂ ਭੈਣ ਕੁਛ ਖਾਣ ਪੀਣ ਨੂੰ ਲੈ ਆਉਂਦੀ ਹੈ। ਪਰ ਜ਼ਿੰਦਗੀ ਆ ਜਿਹੜੀ ਉਹ ਨਰਕ ਤੋਂ ਬਦਤਰ ਆ। ਮੰਮੀ ਅੱਗੇ ਆ ਜਾਓ, ਅਸੀਂ ਉੱਥੋਂ ਜਦੋਂ ਤੁਰੇ ਸੀ ਅਸੀਂ ਪਹਿਲਾਂ ਤੁਰ ਪਏ ਸੀਗੇ, ਮੰਮੀ ਹੁਣਾਂ ਨੂੰ ਅਸੀਂ ਪਿੱਛੇ ਕਿਹਾ ਵੀ ਤੁਸੀਂ ਆ ਜਾਓ ਕਿਉਂਕਿ ਲੇਡੀਜ਼ ਨੂੰ ਸੰਭਾਲਣ ਵਾਸਤੇ ਸਾਡੇ ਲੇਡੀਜ਼ ਦੀ ਲੋੜ ਸੀਗੀ। ਮੇਰੇ ਮੰਮੀ ਆ, ਇਹ ਸਾਡੇ ਮਾਤਾ ਜੀ ਨੇ ਪਵਨ, ਯਾਨੀ ਕਿ ਇਹ ਸਾਡੇ ਨਾਲ ਆ ਕੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਇਸ ਭੈਣ ਦੀ ਮਦਦ ਕਰ ਸਕੀਏ, ਹੈ ਨਾ। ਮਾਤਾ ਜੀ ਤੁਸੀਂ ਮਿਲੋ ਅੰਦਰ ਜਾ ਕੇ ਦੇਖੋ। ਖਾਂ ਭੈਣੇ ਤੇਰੇ ਡੈਡੀ ਦੀ ਡੈਥ ਹੋ ਗਈ? ਹਾਂਜੀ। ਆ ਦੇਖੋ ਆਹ ਚੀਜ਼ਾਂ ਭੈਣ ਇੱਦਾਂ ਹੀ, ਹਾਂ ਇਹ ਚੌਲ ਇੱਦਾਂ ਹੀ ਖਾ ਲੈਂਦੀ, ਉਹੀ ਪਿੱਛੋਂ ਡੋਗ ਨੂੰ ਦੇ ਦਿੰਦੀ ਹੈ ਭੈਣ, ਫਿਰ ਬਾਅਦ 'ਚ ਜਿਹੜੇ ਬਚ ਜਾਂਦੇ ਆ। ਅਤੇ ਆ ਦੇਖੋ ਆਹ ਚੀਜ਼ਾਂ, ਇਹ ਚੌਲ ਆ ਅਤੇ ਇਹ ਬ੍ਰੈਡ ਵਿੱਚ ਪਾ ਕੇ। ਅੱਜ ਤੂੰ ਸਵੇਰੇ ਖਾਣਾ ਕੀ ਖਾਧਾ ਭੈਣੇ, ਕੀ ਬਣਾਇਆ ਸੀ ਅੱਜ ਦਿਖਾ ਦੇ ਭੈਣੇ, ਖਾ ਲਈਏ ਅਸੀਂ ਵੀ ਭੋਰਾ ਭੋਰਾ, ਖਵਾ ਦੇ ਕੌਲੀ ਕੁ। ਰੁਕ ਜਾਂਦੇ ਹਾਂ, ਕੁੱਤੇ ਦੀ ਹਾਲਤ ਦੇਖੋ ਜੀ, ਭੁੱਖਾ ਮਰਦਾ ਸੁੱਕਿਆ ਪਿਆ ਕੁੱਤਾ ਵੀ, ਹੈ ਨਾ। ਅੱਛਾ ਸਬਜ਼ੀ ਬਣਾਈ, ਕਾਹਦੇ ਨਾਲ ਖਾਧੀ ਭੈਣੇ ਫਿਰ ਸਬਜ਼ੀ? ਅੱਛਾ ਵੈਸ਼ਨੂੰ ਹੋ ਤੁਮ, ਠੀਕ ਹੈ ਰੱਖਦੇ ਭੈਣੇ, ਢੱਕ ਕੇ ਰੱਖਦੇ ਰੱਖਦੇ ਢੱਕ। ਨਸਤਰ ਲਗਤੇ ਹੈ? ਅੱਛਾ ਡੀ ਥ੍ਰੀ ਲੈਣੇ ਕੇ ਲਿਏ, ਸਰਕਾਰ ਨੇ ਲਗਵਾਉਣਾ ਹੈ? ਇੰਗਲਿਸ਼ ਗੱਲ ਕਰੇ, ਇੰਗਲਿਸ਼। ਵੇਅਰ ਡਿਡ ਯੂ ਸਟੱਡੀ? ਸਟੱਡੀ ਫਰੋਮ ਲੁਧਿਆਣਾ, ਮੋਗਾ। ਲੁਧਿਆਣਾ ਵਿੱਚ ਕਾਲਜ? ਗੁੱਜਰਵਾਲ ਆਈਟੀ। ਗੁੱਜਰਵਾਲ ਆਈਟੀ। ਐਂਡ ਵੇਅਰ ਵਿੱਚ ਕਾਲਜ, ਫਰੋਮ ਵਿੱਚ ਕਾਲਜ ਯੂ ਡਿਡ ਐਮਐਸਸੀ? ਪ੍ਰਾਈਵੇਟ ਕਾਲਜ? ਲਾਲਾ ਲਾਜਪਤ ਰਾਏ ਕਾਲਜ ਆਈਟੀ। ਲਾਲਾ ਲਾਜਪਤ ਰਾਏ ਕਾਲਜ ਮੋਗਾ। ਯੈਸ। ਯੂ ਹੈਵ ਸਮ ਸਰਟੀਫਿਕੇਟ ਵਿਦ ਯੂ? ਯੈਸ ਸਰ। ਕੈਨ ਯੂ ਸ਼ੋਅ ਅਸ ਪਲੀਜ਼? ਉਹ ਦਿਖਾਣਾ ਸਾਡੇ। ਸਾਈਡ ਹੋ ਜਾਓ ਵੀਰੇ, ਸਾਈਡ ਹੋ ਜਾਓ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਪਹਿਲਾਂ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਕੋਲ ਇੱਥੇ ਆਏ ਅਤੇ ਇਸ ਭੈਣ ਦੀ ਹਾਲਤ ਤੁਸੀਂ ਜਾਣੋ ਹੀ ਆ ਸਾਰੇ, ਹੈ ਨਾ, ਸਾਰਾ ਪਿੰਡ ਹੀ ਜਾਣਦਾ, ਬਾਈ ਵੀ ਸਾਰੇ ਖੜ੍ਹੇ ਨੇ, ਕਿੰਨੀ ਮਾੜੀ ਹਾਲਤ 'ਚ ਰਹਿ ਰਹੀ। ਅਸੀਂ ਅੰਦਰ ਅੱਜ ਕਮਰਿਆਂ 'ਚ ਡੇੜਾ ਦਿੱਤਾ, ਬਹੁਤ ਚੰਗੀ ਗੱਲ ਹੈ ਜੀ। ਅਸੀਂ ਤੁਸੀਂ ਸਾਡੀ ਵੀਡੀਓ ਜੇ ਦੇਖਦੇ ਹੋ ਤੁਹਾਨੂੰ ਪਤਾ ਹੋਊ, ਹਾਂਜੀ ਅਸੀਂ ਚੰਗੇ ਕਾਰਜ ਲਈ ਆਏ ਹਾਂ ਬਾਈ, ਸਾਡੀ ਸੋਚ ਚੰਗੀ ਆ ਅਤੇ ਪਲੀਜ਼ ਸਾਡਾ ਤੁਸੀਂ ਸਾਥ ਦਿਓ ਪੰਚਾਇਤ ਤੌਰ 'ਤੇ, ਹੈ ਨਾ। ਅਤੇ ਇਹਦੇ ਮੰਮੀ ਨੂੰ ਵੀ ਫੋਨ ਕਰਕੇ ਜੇ ਤੁਸੀਂ ਸੱਦ ਸਕਦੇ ਹੋ ਸੱਦੋ, ਆਪਾਂ ਉਹਨਾਂ ਨੂੰ ਸਮਝਾਈਏ। ਉਹਨਾਂ ਨੂੰ ਸ਼ਾਇਦ ਐਂ ਲੱਗਦਾ ਹੋਊ ਕਈ ਵਾਰੀ ਨਾ ਕੀ ਹੁੰਦਾ ਵੀ ਪਤਾ ਨਹੀਂ ਕੌਣ ਲੈ ਜੂਗਾ ਇਹਨੂੰ, ਕਿੱਥੇ ਲੈ ਜਾਣਗੇ। ਦੇਖੋ ਜੀ ਆ ਜਾਓ ਬਾਈ ਜੀ, ਆਹ ਮੈਟ੍ਰਿਕ ਦੇ ਆ ਜੀ, ਇਹ ਭੈਣੇ ਮੈਟ੍ਰਿਕ ਦੇ ਸਰਟੀਫਿਕੇਟ ਆ। ਬਾਪੂ ਬਾਬਾ ਲਕਸ਼ਮਣ ਸਿੰਘ ਕਾਲਜ, ਹੈ ਨਾ, ਵੂਮਨ ਫਾਰ ਵੂਮਨ ਕਰੈਕਟਰ ਸਰਟੀਫਿਕੇਟ 1995-96 ਦਾ। ਆਹ ਕਿਹਦੀ ਫੋਟੋ ਭੈਣੇ? ਆਹ ਦੇਖੋ ਭੈਣ ਦੀ ਪੁਰਾਣੀ ਫੋਟੋ ਜੀ, ਦੇਖੋ ਅੱਜ ਭੈਣ ਦੇ ਕੀ ਹਾਲਾਤ ਬਣੇ ਹੋਏ ਨੇ। ਵਾਹਿਗੁਰੂ। ਹਟ ਜਾਓ ਬਈ, ਹਟ ਜਾਓ, ਛੱਡ ਦੇ ਵੀਰੇ, ਛੱਡ ਦੇ।
ਪੀਟੀਜੀ ਤੋਂ ਆਈਟੀ ਦੇ ਵਿੱਚ ਐਮਐਸਸੀ ਕੀਤੀ ਹੈ ਫਸਟ ਡਿਵੀਜ਼ਨ ਦੇ ਵਿੱਚ ਦੇਖੋ ਜੀ ਇਹਨੇ ਭੈਣ ਨੇ ਪਾਸ ਕੀਤੀ ਹੋਈ ਆ ਐਮਐਸਸੀ ਅੱਛਾ ਦਵਾਈਆਂ ਵੀ ਇਹਦੀਆਂ ਚੱਲਦੀਆਂ ਰਹੀਆਂ ਭੈਣ ਦੀਆਂ ਇਹ 2007 ਦੇ ਵਿੱਚ ਮੈਡੀਸਨ ਚੱਲਦੀ ਰਹੀ ਇਹਨਾਂ ਦੀ ਇਹ ਮਾਨਸਿਕ ਰੋਗਾਂ ਦੇ ਇਲਾਜ ਹੁੰਦੇ ਜਿੱਥੇ ਡਾਕਟਰ ਜਗਦੀਪ ਕੌਰ ਭੈਣ ਦਾ ਅਤੇ 2010 ਦੇ ਵਿੱਚ ਮਾਰਚ ਦੇ ਮਹੀਨੇ ਤੱਕ ਇਹਨਾਂ ਦੀ ਮੈਡੀਸਨ ਚੱਲ ਰਹੀ ਸੀਗੀ ਦਿਮਾਗ ਦੀ ਅਤੇ ਹੁਣ ਪਿੰਡ ਦੇ ਸਰਪੰਚ ਸਾਹਿਬ ਆਏ ਨੇ ਮੌਕੇ 'ਤੇ ਮੌਕਾ ਦੇਖਣ ਇੱਥੇ ਸਾਡੇ ਕੋਲ ਕਾਕਾ ਜੀ ਲਾਈਟ ਲੈ ਕੇ ਆ ਜਾਣ ਦਿਓ ਅੰਦਰ ਬਾਈ ਨੂੰ ਪਿਛਲੇ ਬਾਈ ਨੂੰ ਆ ਲੈਣ ਦਿਓ ਬਾਈ ਆ ਜਾਓ ਆ ਦੇਖੋ ਸਰਪੰਚ ਸਾਹਿਬ ਇਸ ਘਰ ਦੇ ਵਿੱਚ ਉਹ ਹਰ ਜ਼ਰੂਰਤ ਵਾਲੀ ਚੀਜ਼ ਸੀਗੀ ਅਤੇ ਫਿਰ ਇੱਥੇ ਸਾਰੀਆਂ ਚੀਜ਼ਾਂ ਭੰਨੀਆਂ ਟੁੱਟੀਆਂ ਪਈਆਂ ਕਿਤਾਬਾਂ ਪਈਆਂ ਗਲੀਆਂ ਪਈਆਂ ਬਾਈ ਅੱਜ ਤੁਹਾਡੇ ਨਾਲ ਅਸੀਂ ਸਾਰਾ ਪਿੰਡ ਸਾਡਾ ਇੱਥੇ ਆ ਗਿਆ ਜੀ ਤੇ ਪਹਿਲਾਂ ਅਸੀਂ ਤਾਂ ਬਾਹਰੋਂ ਦੇਖ ਕੇ ਮੁੜ ਜਾਂਦੇ ਓਕੇ ਤੁਸੀਂ ਅੰਦਰ ਕਦੇ ਆਈ ਨਹੀਂ ਨਾ ਕਿਉਂਕਿ ਕੁੜੀ ਇਕੱਲੀ ਰਹਿੰਦੀ ਆ ਜੀ ਫਿਰ ਉੱਪਰੋਂ ਦੱਸਦੇ ਆ ਗਾਲਾਂ ਵੀ ਕੱਢਣ ਲੱਗ ਜਾਂਦੀ ਆ ਮੈਂ ਡਾਕਟਰ ਆ ਮੈਂ ਡਾਕਟਰ ਕੋਲ ਰਾਤ ਨੂੰ 1 ਵਜੇ ਆਇਆ ਜੀ ਉਦੋਂ ਰਾਤ ਨੂੰ ਚੀਕਾਂ ਮਾਰੀ ਜਾਂਦੀ ਸੀ ਦੇਖੋ ਅੱਛਾ ਜੀ ਬਹੁਤ ਮਾਰਿਆ ਸੀ ਅਸੀਂ ਬਾਲ ਖੜਕਾਉਂਦੇ ਸੀ ਵਿੱਚੇ ਹਾਲਾਤ ਇਸ ਤਰ੍ਹਾਂ ਨਾਲ ਹੀ ਘਰ ਹਾਂਜੀ ਅੱਛਾ ਜੀ ਤੁਹਾਡਾ ਨਾਲ ਦਾ ਘਰ ਆ ਨਾਲ ਹੀ ਘਰ ਹੁੰਦਾ ਬਾਈ ਤੁਸੀਂ ਕੀ ਦੇਖਦੇ ਹੋ ਰੋਜ਼ ਬਸ ਇਹੀ ਹਾਲ ਸੀ ਅੱਛਾ ਜੀ ਬਹੁਤ ਜਿਆਦਾ ਪੜੀ ਆ ਬੜੇ ਪੜਾਉਂਦੀ ਹੁੰਦੀ ਸੀ ਕਹਿੰਦੇ ਹਾਂ ਬੱਚਿਆਂ ਨੂੰ ਆ ਮੇਰਾ ਬੇਟਾ ਜੀ ਹਾਂਜੀ ਇਹਨਾਂ ਨੂੰ ਪੜਾਉਂਦੀ ਤੁਹਾਨੂੰ ਪੜਾਉਂਦੀ ਹੁੰਦੀ ਸੀ ਪੁੱਤ ਵਧੀਆ ਟੀਚਰ ਸੀ ਬਹੁਤ ਵਧੀਆ ਸੀ ਦੇਖੋ ਇਹ ਸਟੂਡੈਂਟ ਰਿਹਾ ਭੈਣ ਦਾ ਇਹ ਇਸ ਭੈਣ ਕੋਲੋਂ ਪੜ੍ਹਦਾ ਰਿਹਾ ਟਿਊਸ਼ਨ ਇੰਨੀ ਜ਼ਿਆਦਾ ਇੰਟੈਲੀਜੈਂਸੀ ਅੱਜ ਦੇਖੋ ਆ ਘਰ ਦੇ ਵਿੱਚ ਹਾਰ ਸ਼ਿੰਗਾਰ ਵੰਗਾਂ ਕਿਵੇਂ ਪਈਆਂ ਆ ਤਾਰਾਂ ਤੂਰਾਂ ਦੇ ਵਿੱਚ ਕਿੱਦਾਂ ਹੈ ਨਾ ਕਿਉਂਕਿ ਉਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਭੈਣ ਦਾ ਆ ਹੋ ਸਕਦਾ ਡਰਾਇੰਗ ਉਹਨੇ ਕਿਸੇ ਟਾਈਮ ਬਣਾਈ ਹੋਵੇ ਭੈਣ ਨਹੀਂ ਹੈ ਨਾ ਇਹ ਅਤੇ ਪਰ ਅੱਜ ਇਸ ਘਰ ਦੇ ਰੰਗ ਆ ਜਿਹੜੇ ਉਹ ਫਿੱਕੇ ਪਏ ਆ ਅੱਜ ਇਹ ਘਰ ਜ਼ਮੀਨ ਤੋਂ ਕਰੀਬ 5-6 ਫੁੱਟ ਨੀਵਾਂ ਵਾ 6 ਫੁੱਟ ਪਾਣੀ ਅੰਦਰ ਤੱਕ ਸਾਰੇ ਭਰ ਜਾਂਦਾ ਹੈ ਨਾ ਪਰ ਇਹ ਭੈਣ ਵਿਚਾਰੀ ਇੱਥੇ ਇਕੱਲੀ ਰਹਿੰਦੀ ਆ ਇਹਦਾ ਕਸੂਰ ਨਹੀਂ ਕੋਈ ਇਹਦੇ ਹਾਲਾਤ ਇੱਦਾਂ ਦੇ ਇੰਨੀ ਪੜ੍ਹੀ ਲਿਖੀ ਹੋਈ ਭੈਣ ਜੇ ਸਾਡੇ ਪੰਜਾਬ ਦੇ ਵਿੱਚ ਇਸ ਹਾਲਾਤ ਦੇ ਵਿੱਚ ਆ ਤਾਂ ਅੱਜ ਕੱਲ੍ਹ ਡਿਪਰੈਸ਼ਨ ਆਮ ਘਰਾਂ ਦੇ ਵਿੱਚ ਜਾ ਵੜਿਆ ਵਾ ਤਾਂ ਉਹਨਾਂ ਦਾ ਕੀ ਹਾਲਾਤ ਹੁੰਦੇ ਹੋਣਗੇ ਘਰ 'ਚ ਪੈਸੇ ਦੀ ਕਮੀ ਨਹੀਂ ਪੜ੍ਹਾਈ ਲਿਖਾਈ ਮੰਮੀ ਨੂੰ ਵੀ ਸ਼ਾਇਦ ਪੈਨਸ਼ਨ ਆਉਂਦੀ ਹੋਊ ਡੈਡੀ ਦੀ ਵੀ ਪੈਨਸ਼ਨ ਇਹਨਾਂ ਨੂੰ ਮਿਲਦੀ ਹੋਊਗੀ ਇਹਨਾਂ ਦੀ ਹੈ ਨਾ ਮਦਰ ਨੂੰ ਫਿਰ ਘਰ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਵੀ ਸੀਗੀਆਂ ਪਰ ਇੱਕ ਚੀਜ਼ ਨਹੀਂ ਸੀਗੀ ਵੀ ਉਹ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਕਿਸੇ ਨੇ ਆ ਕੇ ਸਾਥ ਨਹੀਂ ਦਿੱਤਾ ਜੇ ਰਿਸ਼ਤੇਦਾਰ ਭੈਣ ਭਰਾ ਆ ਕੇ ਨਾਲ ਖੜ ਜਾਂਦੇ ਤਾਂ ਇਸ ਭੈਣ ਦਾ ਹਾਲਾਤ ਇਹ ਨਾ ਹੁੰਦੇ ਮੰਮੀ ਇਕੱਲੀ ਆ ਉਹ ਵੀ ਡਿਪਰੈਸ਼ਨ ਦੇ ਵਿੱਚ ਦੱਸਦੇ ਆ ਭੈਣ ਵਿਆਹੀ ਹੋਈ ਆ ਉਹ ਵੀ ਸ਼ਾਇਦ ਆਪਦਾ ਇਹਨਾਂ ਦੀ ਮੈਰਿਜ ਹੋਈ ਸੀ ਗੱਡੀ ਦਿੱਤੀ ਸੀ ਦਾਜ ਨੂੰ ਅੱਛਾ ਇਹਨਾਂ ਨੂੰ ਇਹਨਾਂ ਦੀ ਮੈਰਿਜ ਹੋਈ ਸੀ ਅੱਛਾ ਹੋ ਗਿਆ ਸੀ ਬਾਅਦ ਨੂੰ ਯਾਨੀ ਕਿਹਨੇ ਤਲਾਕਨਾਮਾ ਰੱਦ ਕਰਾਉਣ ਦੇ ਲਈ ਐਪਲੀਕੇਸ਼ਨ ਲਾਈ ਹੋਈ ਆ ਤੇ ਸ਼ਾਇਦ ਮੈਨੂੰ ਲੱਗਦਾ ਐਪਲੀਕੇਸ਼ਨ ਜਮ੍ਹਾਂ ਨਹੀਂ ਹੋਈ ਫਿਰ ਹੈ ਨਾ ਇਹਦੇ ਕੋਲ ਹੀ ਰਹਿ ਗਈ ਓਰੀਜਨਲ ਹੀ ਪਈ ਹੈ ਜਮ੍ਹਾਂ ਕਰਾਈ ਹੋਈ ਨਹੀਂ ਇਸ ਭੈਣ ਦੇ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ ਪੈਦਾ ਹੋਏ ਹੋਣਗੇ ਉਸ ਟਾਈਮ ਕਿਹੜੇ ਸੰਨ ਦੇ ਵਿੱਚ ਆ ਜੀ ਇਹ 26 ਸਤੰਬਰ 2005 ਦੇ ਵਿੱਚ ਭੈਣ ਦਾ ਡਿਵੋਰਸ ਹੋ ਗਿਆ ਉੱਥੋਂ ਸ਼ਾਇਦ ਡਿਪਰੈਸ਼ਨ ਦੀ ਸ਼ੁਰੂਆਤ ਹੋਈ ਹੋਵੇ ਉੱਥੋਂ ਹੋ ਸਕਦਾ ਪੜ੍ਹੀ ਲਿਖੀ ਭੈਣ ਜਦੋਂ ਸਹੁਰਿਆਂ ਵੱਲੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਇਹਦੇ ਮੂਹਰੇ ਅਤੇ ਸ਼ਾਇਦ ਉਸ ਤੋਂ ਬਾਅਦ ਇਹ ਮੈਂਟਲੀ ਅਪਸੈਟ ਹੁੰਦੀ 2010 ਤੀਕਰ ਤਾਂ 11 ਤੀਕਰ ਤਾਂ ਬੱਚਿਆਂ ਨੂੰ ਪੜ੍ਹਾਉਂਦੀ ਰਹੀ ਹੈ ਭੈਣ ਇਹ ਦੱਸਦੇ ਨੇ ਇੱਥੇ ਬੱਚੇ ਟਿਊਸ਼ਨ ਪੜ੍ਹਦੇ ਸੀ ਇਹਤੋਂ ਭੈਣ ਤੋਂ ਅੱਜ ਕਰੀਬ 10 ਸਾਲ ਤੋਂ ਭੈਣ ਮੈਂਟਲੀ ਅਪਸੈਟ ਆ ਪਿਛਲੇ 5 ਸਾਲ ਤੋਂ ਇਸ ਹਾਲਤ 'ਚ ਰਹਿ ਰਹੀ ਆ ਅੱਛਾ ਮੈਂ ਕੇਸ ਕੀਤਾ ਹੈ ਠੀਕ ਹੈ ਮੇਰੀ ਭੈਣ ਇਹ ਇਹਦਾ ਨਾਂ ਕੀ ਦੱਸਿਆ ਤੂੰ ਮੈਨੂੰ ਮੈਂ ਭੁੱਲ ਰੀਵਨ ਰੀਵਨ ਕਿੱਦਾਂ ਵੀ ਰੀਵਨ ਰੀਵਨ ਦੇ ਨਾਂ ਦੇਖੋ ਜੀ ਕਿੱਡੇ ਕਿੱਡੇ ਹੈਲੋ ਰੀਵਨ ਠੀਕ ਹੈ ਹਾਂ ਰੀਵਨ ਉਹ ਵੀ ਡਰਦਾ ਵਿਚਾਰਾ ਬਿਮਾਰ ਰਹਿੰਦਾ ਹੈ ਨਾਂ ਉਹਦੇ ਇੰਨੇ ਨੇ ਲੰਬੇ ਆ ਮੇਰੀ ਭੈਣ ਜਿਉਂਦੀ ਵਸਦੀ ਰਹਿ ਧੰਨਵਾਦ ਤੇਰਾ ਤੂੰ ਸਾਨੂੰ ਪਾਣੀ ਪਿਲਾਇਆ ਰੋਟੀ ਪੁੱਛੀ ਅਸੀਂ ਤੇਰੇ ਘਰੇ ਆਏ ਸੀ ਅੱਜ ਤੂੰ ਸਾਡੀ ਬਹੁਤ ਯਾਨੀ ਕਿ ਪੁੱਛ ਪ੍ਰਤੀਤ ਕੀਤੀ ਤੇਰਾ ਥੈਂਕ ਯੂ ਕਰਦੇ ਹਾਂ ਠੀਕ ਆ ਬਹੁਤ ਧੰਨਵਾਦ ਮੇਰੀ ਭੈਣ ਹੁਣ ਤੇਰੀ ਮੰਮੀ ਨੂੰ ਅਸੀਂ ਬੁਲਾਉਂਦੇ ਹਾਂ ਆਪਾਂ ਉਹਦੇ ਨਾਲ ਗੱਲ ਕਰਾਂਗੇ ਅਤੇ ਜਦ ਤੱਕਰ ਉਹ ਮੈਨੂੰ ਲੱਗਦਾ ਨਹੀਂ ਆਉਣਗੇ ਇਹਨਾਂ ਦੇ ਮੰਮੀ ਇੱਕ ਆਪਾਂ ਜੀ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੁੰਦੇ ਥੋੜ੍ਹੀ ਜਿਹੀ ਜੇ ਤੁਸੀਂ ਚਾਹੋ ਤਾਂ ਆਪਾਂ ਮੰਨ ਲਓ ਇੱਥੇ ਲੋਕਲ ਤੁਸੀਂ ਐਡਮਿਨਿਸਟ੍ਰੇਟਰ ਨੂੰ ਕਾਲ ਕਰ ਦਿਓ ਹੈ ਨਾ ਵੀ ਇੱਦਾਂ ਚੌਂਕੀ ਫੋਨ ਕਰ ਦਿਓ ਮਾੜਾ ਜਿਹਾ ਪਲੀਜ਼ 100 ਨੰਬਰ 'ਤੇ ਜਾਂ ਅਸੀਂ ਕਰ ਦਿੰਦੇ ਹਾਂ ਜਾਂ ਤੁਸੀਂ ਕਰ ਸਤਿ ਸ਼੍ਰੀ ਅਕਾਲ ਮਾਤਾ ਪਹਿਲਾਂ ਤੁਹਾਡਾ ਧੰਨਵਾਦ ਬਹੁਤ ਤੁਹਾਡਾ ਘਰ ਨੇੜੇ ਹੀ ਹੈ ਇੱਥੇ ਮਾਤਾ ਤੁਸੀਂ ਇਹਨੂੰ ਦੇਖਦੇ ਹੋ ਭੈਣ ਨੂੰ ਬਹੁਤ ਸਾਲਾਂ ਤੋਂ ਇੱਦਾਂ ਹੈ ਨਾ ਬਹੁਤ ਵੀ ਨਹੀਂ ਆ ਅਮੀ ਤਾਂ ਸ਼ਾਮੇ ਰੱਖੀਆਂ ਸੀ ਬੇਟੀਆਂ ਨਾਲ ਪੜ੍ਹਦੀ ਹੁੰਦੀ ਸਾਡਾ ਦੱਦਿਆਲ ਬੜਾ ਹੀ ਤੰਗ ਆਉਂਦਾ ਇਹਨੂੰ ਵੀ ਇਹ ਇਸੇ ਤੁਹਾਡੀਆਂ ਬੇਟੀਆਂ ਨੇ ਨਾ ਪੜ੍ਹਦੀਆਂ ਸੀਗੀਆਂ ਕਹਿੰਦੀ ਜਾਣਾ ਆ ਰਸੋਈ ਹੈ ਤੁਹਾਡੀ ਹਾਂਜੀ ਆ ਰਸੋਈ 'ਚ ਕੀ ਹਾਲ ਹੋਇਆ ਪਿਆ ਹੈ ਨਾ ਇਹ ਬਾਲਣ ਸਿੱਟਿਆ ਸਿਆਲਾ ਇਹ ਤਾਂ ਸੱਪ ਨਿਕਲਿਆ ਆਇਆ ਸੀ ਹਾਂਜੀ ਸਿਆਲਾ ਵਾਸਤੇ ਬਾਲਣ ਦੇਖੋ ਟਾਈਲਾਂ ਲੱਗੀਆਂ ਹੋਈਆਂ ਰਸੋਈ ਦੇ ਵਿੱਚ ਕਿਸੇ ਚੰਗੇ ਭਲੇ ਟਾਈਮ ਦੀਆਂ ਟਾਈਲਾਂ ਆ ਕੰਧਾਂ ਦੇ ਉੱਤੇ ਦੇਖੋ ਤੇ ਪਰ ਦੇਖ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਮੇਰੀ ਭੈਣ ਦੇ ਹਾਲਾਤ ਕੀ ਭੈਣੇ ਦੇਖੋ
पंजाब टेक्निकल यूनिवर्सिटी के मास्टर ऑफ साइंस डी ए आई टी आई टी डिपार्टमेंट आई टी डिपार्टमेंट के बच्चे भैन ने फर्स्ट डिवीजन च पास की है यह एम एस सी कन्ना दे वेच तू की पाया होया बोली जाने तेन सुन दे होना असि इन्ने टाइम बोली जाने कमलिए ऐदा भैन को अनेक जाने के सर्टिफिकेट ने जेड़े ने प्राप्तियां कीतियां अपनी जिंदगी दे विच अपनी दुनिया ने कित्थों कित्थों दे इंचार्ज हो तुसीं पूरे भारत देश दे पूरा भारत तुहाडे अंडर चल रहा है ठीक है हुण अमेरिका दी प्रमोशन हुण अमेरिका किन्नी तरीक नूं जाणा वा अमेरिका शिफ्ट हो जाओगे ते फिर रिवल भी नाल जाऊगा रिवल इहदी टिकट तां लगणी है महंगी बहुत मेरी भैन ओए रिवल रिवल बेचारा देखो कली कली हड्डी रिवल दी गिनी जांदी है वो बेचारी मैं लगता भी क्योंकि इस भैन नूं इहदे नाल इन्ना लगाव आ पिंड वाले दसदे भी इहनूं गोदी चक के जिवें निक्के जिहे बच्चे नूं चक्की फिरदे हुंदे गोदी चक के शहर च बाहर जांदी है बाजार च मार्केट आले दुआले इह हर रोज मार्केट जांदी है भाई डेली बाहर घूमण जांदी है ना वैजीटेरियन है सब्जियां सुब्जियां भैन लैके आउंदी आ बार भी बेड़े च भैन कहती मेरिया सब्जियां बीजिया हुई पाया वा आ वॉशरूम आ पता नहीं कितने यूज ही नहीं किया होना मेरी भैन ने आ शंख आ इहदे ते कदे हाथ ही नहीं धोते गए होने ओ वाहिगुरू और टॉयलेट दी देखो फ्लश देखो किदां भरी पई है फुल उपर तिकर फ्लश भरी पई है पता नहीं किदां इह भैन उहनूं फ्लश नूं यूज करदे होणगे ते आ बूझे उगे पए ने इत्थे है ना ते आ भी इधर भी एक वॉशरूम दी बिल्डिंग ही है हां जी आज सरकारी पानी इत्थों आंदा वा ये पानी इत्थों भर के पींदी है भैन क्योंकि अंदर तो मोटर नहीं हैगी कोई ना अंदर कोई नलका वा आ सरकारी टूटी दा जिहड़ा पानी है पाइप दे राही उत्थे तक अंदर जांदा वो ये पानी भैन इत्थों चक के पानी पींदी आ सत श्री अकाल जी सत श्री अकाल भाई जी असी भीर जी लुधियाने तो आए हम मनुखता की सेवा तो ये घर के देख ही ले हालात ना अंदर कमरिया भी देखो हालात बहुत माड़े आ कुत्ता बेचारा है भी हड्डियां का पिंजर बनया पाया भैन पढ़ी लिखी परिवार मम्मी भी टीचर सी डैडी भी ये हैडमास्टर सी यानी कि सारे वैल एजुकेटड फैमिली आ पर हालात इदा के बने ये फादर की डैथ होने तो बाद मुख्तियार सिंह जी तो मदर भी थोड़े डिप्रैशन के भी इस गल समझ नहीं पाते गए सरपंच साहब ने भी गल किया जी वो नहीं आ रहे वो डरी हो जाते इन्हों तो वह कह मैं नहीं आना इतने बस असं चाहते भी कानूनी कार्रवाई जी है ना उस मुताबक क्योंकि जे तो कोई मुंडा हों बंदा हों तो असं साढ़े को 250 मैंबर रेंदे असी ले जा सकते पिंड की सहमति ने भी ले जा सकते पर कुड़ी होने के नाते असं इस चीज़ में तोड़े तक पहुँचाई है गल आ गहने गुने जे पए ने कुछ ना ये बिच चांदी जे सोने दी कोई चीज होवे सा पैसे पए ने 20 रुपए बिलकुल भी हैलो हाँ जी करमजीत भाई जी हाँ जी इतने इंचार्ज साहब भी पहुंच गए थी मौके से एस एच ओ साहब ना भी बागे पुराने वाले गल हुई है वह भी ये कहते भी तुम कोई गल ही लै जाओ असं थोड़े सहमत हाँ भी जे ये माता जी आके कोई इतराज करे जमें फिर असं थोड़े नाल असं देख लाँगे उदो माता मैं सत श्रीकाल माता स्वर्ण बोलता मैं माता माता मेरी गल सुनो कोई नहीं इलाज ही करना असं नाल चले जावे कोई गल नहीं इलाज कराने ही ले जाना तो कोई पैसा नहीं लैना कोई रुपया नहीं लैना कोई घर की जायदाद नहीं लैनी कुछ नहीं लैना सिर्फ इन्होंने आपके वालों इलाज कराना कुड़ी ने करा देने करा देने भैने तेरी मम्मी ने गल कराने अभी तेरी ना करेंगी गल सारे बोल के हैलो मम्मी बोलते थे हाँ जी हाँ जी मेरा घर सुनना मम्मा हाँ जी ठीक है अमन ठीक है
माता जी तुहाडी बेटी दी जिंदगी बन जू ओनू माता जी ऐ ना कहो पुट्ठी असि असि इत्थे आउने तेरे कोले लै के मां बेटी नू तेरी नू फिर इत्थे आउने असि आउणा ही पैणा सानू फिर तेरी मेहनत करांगे तेरे पैर फड़ांगे आके तेनू मनावांगे फिर मां एक बारी कह दे लै जाओ पुत्त ये कह दो के लै जाओ पुत्त नरक कट्टा जी नरक चा बेचारी बाले नरक चा मां मेरी मां ने तुसी तां साडू गुरु दा दर्जा प्राप्त हो तुसी किन्ने आलियां जिंदगियां बनाईयां किन्ने बच्चियां नूं पढ़ाया फिर भी जाने सहमति लेना चाहते है चलो इलाज वगैरा ठीक हो जाए हाँ जी वीर जी असी मनुखता की सेवा तो लुधियाने तो आए हैं हसनपुर पिंड तो हाँ जी वीर जी असी भैन की है ना तुसी देखी होने थोनों भी पता वो हालत बहुत माड़ी है ना वो मैंटली ठीक नहीं किसी के आखे नहीं लगते दवाई नहीं खाते हाँ मैनू पता जी थोड़े तो भी इन्हों ए हो जाता वा भी पता नहीं की गल आ ठीक है भीर जी ठीक है कितेज भाई जी थैंक यू थोड़ा मेरी माँ ने मेरी मां नहीं मैं तेरे पैरी हाथ लाना मां मेरी मां नहीं मां बन के आपदियां अंदरां खातर तेरी धी आ नौ महीने पेट च रखिया तू उहनूं असी कुछ नहीं लेना थोतो असि तो आप आपकी जमीन दान करी असि लोग जमीन दब के की करनी जिथे मर्जी पाओ मां असि थोड़े लालच नु नहीं आए किसी नु असि तो भैन ते तरस खा के आए तरस खा के अच्छा 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 नहीं नहीं कोई गल नहीं देखो भैने असी ये बेच साडी टीम इन्हां दी चल अते अचल जायदाद का कदे भी कोई हक नहीं जताएगी साडी टीम इन्हां नूं सिर्फ सेवा संभाल लई लैके जा रही ये लिख के सैन करके मोहर ला के आ साडी लैटर पैड आ आपकी रजिस्टर्ड लैटर पैड आ ये के जावे थानू असी थोड़ी जमीन जायदाद वास्ते नहीं लैके चले असी पिंड की पंचायत के सारे इतने सरपंच के सैन साडे सैन मोहर लग के सारा कुछ होगा ठीक है मां धन्यवाद मां तेरा आई हुण तू जाके आपदा घर खोल उत्थे बैठ जाके हुण इन धी नूं लै जांगे असीं दूजी नूं लै जाणा अज्ज ओह घर खाली हो जू उत्थे गेड़ा गूड़ा मारिया करो नहीं चलो उत्थे गेड़ा गूड़ा मारिया करो आपके घर की निगरानी करो हुण जाके देखो उहनूं असीं लै जाणा जिहड़ा डर सी तुहानूं उहनूं असीं लै जाणा फतेह जी असीं धन्नवाद करदे हां माता जी दा ठीक है मां आशीर्वाद दे माता गुरवचन कौर जी ने हैड मास्टर रहे ने पिंड दे विच स्कूल दे विच ये उहनां दी भैण आ भैणे तुहाडा नाम अमनदीप कौर आ ये भैण आ जगदीप भैण दी अमनदीप कौर असीं लंगियां ने नवें आए हाँ माता जी ने सानूं सहमति दिती है भी तुसीं मेरी धी नूं उत्थे लिजा सकदे आ अपने कोल रख के इलाज करा सकदे आ ते धन्नवाद करदे आ असीं मां दा ते इक माता जी नूं ये सीगा भी मेरी धी दी बदनामी हो साडी असीं सारयां नूं एक हथ जोड़ के बेनती करदे आ कोई भी बंदा कमेंट दे विच कोई गलत गल ना बोले क्योंकि जिहदी मजबूरी हुंदी है जिहदे घर च अग लगी हुंदी आ उहनूं पता हुंदा उहदा सेक किद्दां दा इहने माता ने दुख बहुत झल्लिया ये मजबूर आ इहदी मजबूरी किड्डी आ भी अपनी धी दे घरे रहना बहुत मुश्किल आ इत्थे भी कई गल्लां सुणनियां पैंदियां हन ते पर असीं बेनती करदे आ इहनां दा कसूर कोई नहीं हथों बसों ही गल बाहर निकल गई ये चाह के भी कुछ कर नहीं सके मां तेन विश्वास दवाने असी तेरी धी ठीक हो जानी आ ये गुट देखो मां का टुटिया हुआ वा गुट
ਖਿੱਚਦਾ ਸੀ ਹਾਂ ਠੀਕ ਹੈ ਠੀਕ ਹੈ ਮਾਂ ਠੀਕ ਕੋਈ ਨਹੀਂ ਕੋਈ ਨਹੀਂ ਬਸ ਅਤੇ ਉਹ ਭੈਣ ਇੰਨੀ ਜ਼ਿਆਦਾ ਮੈਂਟਲੀ ਅਪਸੈੱਟ ਆ ਵੀ ਉਹਨੇ ਭੈਣ ਮਾਤਾ ਜੀ ਦੇ ਵੀ ਗੁੱਟ 'ਤੇ ਲੋਕ ਦੱਸਦੇ ਆ ਡੰਡਾ ਮਾਰਿਆ ਸੀ ਆਪਣੇ ਡੈਡੀ 'ਤੇ ਵੀ ਮਾਰਿਆ ਸੀ ਇੱਕ ਵਾਰ ਉਦੋਂ ਬਾਅਦ ਫਿਰ ਮਾਤਾ ਜੀ ਡਰਦੀ ਪਿੰਡ ਉੱਥੇ ਗਈ ਨਹੀਂ ਅਤੇ ਉਹ ਭੈਣ ਦੇ ਹਾਲਤ ਵੱਧ ਤੋਂ ਬਦਤਰ ਹੁੰਦੇ ਗਏ ਅੱਜ ਅਸੀਂ ਇੱਥੇ ਨਲੰਗਿਆਂ ਨੇ ਪਹੁੰਚੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਮਾਤਾ ਜੀ ਦਾ ਅਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਕੋਈ ਵੀ ਵੀਰ ਗਲਤ ਨਾ ਸੋਚੇ ਮਾਤਾ ਦੀ ਮਜਬੂਰੀ ਸੀ ਬਹੁਤ ਵੱਡੀ ਮਜਬੂਰੀ ਸੀ ਉਹ ਆਪਣੀ ਧੀ ਨੂੰ ਚਾਹ ਕੇ ਵੀ ਉਹਦੀ ਮਦਦ ਨਹੀਂ ਕਰਦੇ ਆਜੋ ਪਾਤਸ਼ਾਹ ਦੀ ਮਿਹਰ ਨਾਲ ਅਸੀਂ ਅੱਜ ਸਵੇਰ ਦੇ ਪਿੰਡ ਮਾਲਾ ਕਲਾਂ ਦੇ ਵਿੱਚ ਸੀ ਮੋਗੇ ਜ਼ਿਲ੍ਹੇ 'ਚ ਅਤੇ ਅੱਜ ਉਸ ਵਾਹਿਗੁਰੂ ਨੇ ਉਸ ਅੱਲਾ ਨੇ ਉਸ ਰਾਮ ਨੇ ਮਿਹਰ ਕੀਤੀ ਆ ਕਿਰਪਾ ਕੀਤੀ ਆ ਵੀ ਭੈਣ ਦੀ ਸਾਡੀ ਜਗਦੀਪ ਕੌਰ ਭੈਣ ਦੀ ਸੇਵਾ ਸਾਡੇ ਲਿਖਾਂ ਦੇ ਵਿੱਚ ਲਿਖੀ ਸੀ ਜਿਹੜੀ ਉਹ ਸਾਡੇ ਪੱਲੇ ਪਾਤੀ ਆ ਮੰਮੀ ਵੀ ਇਹਨਾਂ ਦੇ ਗੁਰਬਚਨ ਕੌਰ ਭੈਣ ਜੀ ਹੈੱਡ ਮਾਸਟਰ ਰਹੇ ਡੈਡੀ ਇਹਨਾਂ ਦੇ ਮੁਖਤਿਆਰ ਸਿੰਘ ਸੀਗੇ ਉਹ ਵੀ ਹੈੱਡ ਮਾਸਟਰ ਸੀਗੇ ਅਤੇ ਇੱਕ ਦੋ ਬੇਟੀਆਂ ਸੀ ਉਹਨਾਂ ਦੇ ਇਕੱਲੀਆਂ ਇੱਕ ਬੇਟੀ ਵਿਆਹੀ ਹੋਏ ਲੰਗਿਆਂ ਨੇ ਪਿੰਡ ਇੱਕ ਇਹਦਾ ਵੀ ਵਿਆਹ ਕੀਤਾ ਸੀ ਮਾਨੀ ਵਾਲੇ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪਰ ਉਹ ਵਿਆਹ ਸਫਲ ਨਹੀਂ ਹੋ ਸਕਿਆ ਭੈਣ ਦੇ ਡਿਪਰੈਸ਼ਨ ਦੇ ਵਿੱਚ ਜਾਣ ਕਰਕੇ ਸ਼ਾਇਦ ਪਤਾ ਨਹੀਂ ਕੀ ਕਾਰਨ ਰਿਹਾ ਉਹ ਡਿਵੋਰਸ ਹੋ ਗਿਆ ਉਸ ਟਾਈਮ ਗੱਡੀ ਮਨੁੱਤੀ ਕਾਰ ਦਾਜ ਦੇ ਵਿੱਚ ਦਿੱਤੀ ਸੀਗੀ ਨਿਰਮਲ ਸਿੰਘ ਬਰਾੜ ਸੀ ਕੋਈ ਬਾਈ ਉੱਥੋਂ ਦੇ ਉਹਨਾਂ ਦੇ ਨਾਲ ਵਿਆਹ ਹੋਇਆ ਸੀ ਭੈਣ ਦਾ ਅਤੇ ਫਿਰ ਜਦੋਂ ਸਾਨੂੰ ਕੱਲ੍ਹ ਸੁਖਵੀਰ ਸਿੰਘ ਬਾਈ ਨੇ ਵੀਡੀਓ ਬਣਾ ਕੇ ਭੇਜੀ ਵੀ ਸਾਨੂੰ ਜਗਦੀਪ ਕੌਰ ਭੈਣ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸਾਰੇ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਇਹਦੇ ਭੈਣ ਦੇ ਮਾਤਾ ਜੀ ਦੇ ਭੈਣ ਦੀ ਸਹਿਮਤੀ ਦੇ ਨਾਲ ਅਤੇ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਸਾਰਾ ਭੈਣ ਜੀ ਹੁਣੀ ਖੜ੍ਹੇ ਨੇ ਨਾਲ ਸਾਡੇ ਲੇਡੀਜ਼ ਪੁਲਿਸ ਇੱਥੋਂ ਦੇ ਚੌਂਕੀ ਇੰਚਾਰਜ ਬਾਈ ਜੀ ਸਾਰੇ ਇੱਥੇ ਉਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਲੀਗਲੀ ਸਾਰਾ ਪ੍ਰੋਸੈਸ ਕਰਨ ਤੋਂ ਬਾਵਜੂਦ ਅਸੀਂ ਇਸ ਭੈਣ ਨੂੰ ਆਪਣੇ ਨਾਲ ਲੈ ਕੇ ਚੱਲੇ ਹਾਂ ਨਾਲ ਇਹਦਾ ਡੌਗੀ ਆ ਜਿਹੜਾ ਇਹਦਾ ਨਾਂ ਕੀ ਦੱਸਿਆ ਸੀ ਭੈਣ ਰੀਬਲ 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 ਨੂੰ ਵੀ ਅਸੀਂ ਨਾਲ ਲੈ ਕੇ ਚੱਲੇ ਹਾਂ ਤੁਸੀਂ ਅਰਦਾਸ ਕਰਿਓ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਵੀ ਇਸ ਭੈਣ ਦੀ ਸੇਵਾ ਸੰਭਾਲ ਅਸੀਂ ਕਰ ਸਕੀਏ ਇਹ ਭੈਣ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਭੈਣ ਦੀ ਜਿਹੜੀ ਮਾਤਾ ਆਪਣੀ ਉੱਥੇ ਬੇਟੀ ਕੋਲ ਬੈਠੀ ਆ ਉਹ ਵੀ ਇੱਥੇ ਆ ਕੇ ਦੋਨੋਂ ਮਾਵਾਂ ਧੀਆਂ ਇੱਕ ਚੰਗਾ ਜੀਵਨ ਬਤੀਤ ਕਰਨ ਸਾਡੀ ਅਸਲ ਕਾਮਨਾ ਇਹੀ ਆ ਸਾਡੀ ਵਾਹਿਗੁਰੂ ਅੱਗੇ ਇਹੀ ਅਰਦਾਸ ਆ ਵੀ ਇੱਕ ਦਿਨ ਇੱਦਾਂ ਦਾ ਦਿਨ ਆਵੇ ਇਸ ਘਰ 'ਚ ਖੁਸ਼ੀਆਂ ਆਉਣ ਇਸ ਘਰ ਦੇ ਵਿੱਚ ਵੀ ਦੀਵਾ ਬਲੇ ਇਸ ਘਰ ਦੇ ਵਿੱਚ ਵੀ ਉਹ ਜਿਹੜੀਆਂ ਦੁਬਾਰਾ ਫਿਰ ਤੋਂ ਖੁਸ਼ੀਆਂ ਰੌਣਕਾਂ ਸਾਰੀਆਂ ਵਾਪਸ ਮੁੜ ਕੇ ਆਉਣ ਬੋਲੇ ਸੋ ਨਿਹਾਲ ਆ ਰਿਬਲ ਨਹੀਂ ਕੋਈ ਨਾ ਮਿਲਿਆ ਉਹਨਾਂ ਨੇ ਬਾਥਰੂਮ ਨਹੀਂ ਜਾਣਾ ਪੈਸੇ ਹੀ ਕਹਿੰਦੇ ਆ ਉਹ ਆਜੋ ਆਜੋ ਭੈਣ ਭਰਾ ਵਾਂ ਆਪਾਂ ਕਦੋਂ ਕਹਿੰਦੇ ਮਾਂ ਨੂੰ ਕੁਝ ਇਹਦੇ ਪਿੱਛੇ ਤੱਤ ਪਾ ਲਿਓ ਧਿਆਨ ਨਾ ਤੈਨੂੰ ਦੇਵਾਂਗੇ ਚਾਬੀ ਤੈਨੂੰ ਭੈਣੇ ਆ ਜਾ ਮੇਰੀ ਭੈਣ ਆ ਜਾ ਮੇਰੀ ਭੈਣ ਕੋਈ ਸੁਣਨਾ ਨਹੀਂ ਹਾਂ ਭੈਣੇ ਬੈਠ ਜਾ ਮੇਰੀ ਭੈਣ ਬੈਠ ਜਾ ਮੰਮੀ ਨਾਲ ਬਹਿ ਜਾਓ ਹੋ ਜਾ ਭੈਣੇ ਗਾਂਹ ਨੂੰ ਤੁਸੀਂ ਉੱਧਰਲੇ ਪਾਸੇ ਦੇ ਲੈ ਕੇ ਆਓ ਮਾਂ ਸ਼ਾਰਟ ਲਾਉਣਾ ਭੈਣ ਦੇ ਪਹਿਲਾਂ ਕਰੰਟ ਲਵਾਇਆ ਸੀ ਬਿਜਲੀਆਂ ਲਵਾਈਆਂ ਗਈਆਂ ਸੀਗੀਆਂ ਉਹਦੇ ਕਰਕੇ ਇਹਦੇ ਦਿਮਾਗ ਇੱਧਰ ਹੋ ਜਾ ਭੈਣੇ ਬੈਠ ਲੈਣ ਦੇ ਅਤੇ ਜਿਹਦੇ ਕਰਕੇ ਉਹਦੇ ਦਿਮਾਗ ਦੇ ਵਿੱਚ ਇਹ ਡਰ ਆ ਵੀ ਪਤਾ ਨਹੀਂ ਮੇਰੇ ਕਰੰਟ ਨਾ ਲਵਾਉਣ ਕਿਤੇ ਹੈ ਨਾ ਅਤੇ ਅਸੀਂ ਭੈਣ ਉਹਨਾਂ ਨੂੰ ਨਾਲ ਬਿਠਾ ਲਿਆ ਸਾਡੇ ਮਾਤਾ ਜੀ ਹੁਣੀ ਨਾਲ ਬੈਠੇ ਨੇ ਨਗਰ ਸਾਰਾ ਸਾਡੇ ਨਾਲ ਸਹਿਮਤ ਆ ਸਾਰਿਆਂ ਦੀ ਜ਼ਿੰਮੇਵਾਰੀ ਨਾਲ ਪਿੰਡ ਦੇ ਪੰਚਾਇਤ ਦੀ ਮੋਹਦਵਾਰਾਂ ਦੀ ਅਸੀਂ ਭੈਣ ਨੂੰ ਆਪਣੇ ਨਾਲ ਲੈ ਗਏ ਧੰਨਵਾਦ ਸਾ ਖਾਸ ਸਰਪੰਚ ਸਾਹਿਬ ਦਾ ਕਰਦੇ ਸਰਪੰਚ ਸਾਹਿਬ ਆਪਣਾ ਪੂਰਾ ਨਾਂ ਕੀ ਆ ਨਗਿੰਦਰ ਸਿੰਘ ਜੀ ਸਵੇਰ ਦੇ ਬਾਈ ਦਾ ਨਾਂ ਵੀ ਨਹੀਂ ਪੁੱਛਿਆ ਸਰਪੰਚ ਸਾਹਿਬ ਵੀ ਕਹੀ ਜਾਂਦੇ ਹਾਂ ਪੰਚਾਇਤ ਮੈਂਬਰ ਆ ਬਾਈ ਜੀ ਸਮਾਜ ਸੇਵੀ ਨੇ ਇਸੇ ਨਗਰ ਤੋਂ ਸਾਰੇ ਬਾਈਆਂ ਦਾ ਅਸੀਂ ਨਾਂ ਨਹੀਂ ਲੈ ਸਕਦੇ ਹਰ ਬੰਦੇ ਨੇ ਬਾਈ ਮੈਡੀਕਲ ਦੀ ਸ਼ੋਪ ਆ ਇੱਥੇ ਨੇੜੇ ਅਤੇ ਇਹ ਸਾਰੇ ਬੰਦਿਆਂ ਨੇ ਜ਼ਿੰਮੇਵਾਰੀ ਨਿਭਾਈ ਸਵੇਰਦਿਆਂ ਨੇ ਸਾਡੇ ਨਾਲ ਅਤੇ ਹਰ ਬੰਦੇ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਬੋਲੇ ਸੋ ਨਿਹਾਲ ਜਗਦੀਪ ਕੌਰ ਸੈਣੀ ਭੈਣ ਮਾਲਾ ਕਲਾਂ ਤੋਂ ਭੈਣ ਨੂੰ ਮੋਗੇ ਜ਼ਿਲ੍ਹੇ ਤੋਂ ਲੈ ਕੇ ਆਏ ਅੱਜ ਇੱਥੇ ਕਿਹੜੇ ਹਾਲਾਤ 'ਚ ਭੈਣ ਪਿਛਲੇ 8-10 ਸਾਲਾਂ ਤੋਂ ਰਹਿੰਦੀ ਸੀਗੀ
एक छोटा जिहा कतूरा सी इहदे कोले भैण ते इह दो उहदे घर दे विच नरक तों वी बदतर हालातां दे विच भैण जिंदगी बतीत कर रही। भैण पढ़ी लिखी आ, चंगी हाईली एजुकेटड आ, बी ए कीती आ, एम ए कीती आ, बी एड कीती आ, बी एस सी कीती हुई आ। यानी कि वाहिगुरू अगे असीं अरदास करदे आ सच्चे पातशाह सानूं इन्नी हिम्मत बख्शण भी असीं इस भैण नूं आने वाले समय दे विच नाल खड़ के इहदे भैण दे सुपनिआं दे घर विच असीं इक चंगा जीवन बतीत कर सकीए। ਜ਼ਿਲ੍ਹਾ ਮੋਗਾ ਤੋਂ ਲੈ ਕੇ ਆਏ ਸੀ ਪਿਛਲੇ 10 ਸਾਲਾਂ ਤੋਂ ਭੈਣ ਕਿੱਦਾਂ ਇੱਕ ਨਰਕ ਵਰ ਕੇ ਹਾਲਾਤ ਰਹਿੰਦੇ ਨਾਲ ਇਹਨਾਂ ਦਾ ਜਿਹੜਾ ਡੋਗੀ ਆ ਜੀ ਬਲ ਉਹਨੂੰ ਵੀ ਅਸੀਂ ਲੈ ਕੇ ਆਏ ਹਾਂ। ਅੱਜ ਭੈਣ 5-6 ਦਿਨਾਂ ਦੇ ਵਿੱਚ ਹੀ ਦੇਖੋ ਕਿੰਨਾ ਫਰਕ ਪੈ ਗਿਆ। ਅੱਜ ਉਹਨੇ ਆਪਣੀ ਹੋਰ ਜ਼ਿੰਦਗੀ ਦੀ ਸਭ ਤੋਂ ਜਿਹੜੀ ਵੱਡੀ ਡਿਊਟੀ ਉਹਨੂੰ ਇਹਦੇ ਵਾਸਤੇ ਇੰਨੀ ਪੜ੍ਹਾਈ ਕੀਤੀ ਭੈਣ ਨੇ ਉਹ ਇੱਥੇ ਸ਼ੁਰੂ ਕਰ ਲਈ ਆ। ਬੱਚਿਆਂ ਤੋਂ ਸਾਡਿਆਂ ਨੂੰ ਪੜ੍ਹਾ ਰਹੇ ਆ, ਜਿਵੇਂ ਬੱਚੇ ਸਾਡੇ 6ਵੀਂ ਕਲਾਸ ਦੇ ਵਿਦਿਆਰਥੀ ਆਏ, 9ਵੀਂ ਕਲਾਸ ਦਾ 8ਵੀਂ ਦਾ ਉਹ 4ਥੀ ਕਲਾਸ ਜਿਵੇਂ ਤੈਨੂੰ, ਅਤੇ ਭੈਣ ਉਹਨਾਂ ਨੂੰ ਹੁਣ ਆਉਣ ਵਾਲੇ ਸਮੇਂ 'ਚ ਪੜ੍ਹਾਇਆ ਕਰੂ, ਉਹਨਾਂ ਨੂੰ ਚੰਗੀ ਵਿੱਦਿਆ ਪ੍ਰਾਪਤ ਹੋਵੇ, ਉਹਨਾਂ ਦਾ ਚੰਗਾ ਜੀਵਨ ਬਣੇ, ਸਾਡੀ ਇਹੀ ਕੋਸ਼ਿਸ਼ ਆ। ਤੁਸੀਂ ਵੀ ਅਰਦਾਸ ਕਰਿਓ ਭੈਣ ਜਗਦੀਪ ਕੌਰ ਦੇ ਆਉਣ ਵਾਲੇ ਜੀਵਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।